सपनों वाहु साहिब जीओ एक ओंकार सतगुर प्रसाद जत श्री बाणी भगतां की नाथ कछु न जानो मन माया के हाथ बिकानो नाथ कछु ना जानो मन माया कहना ठिकानो रहाओ तुम कहिए तो हो जगत गुरु स्वामी हम कहिए तो कलयुग के कामी इन पंचन मेरो मन जो बिगाड़ियो पल पल हर जीते अंतर पारियो जत देखो तत दुख की राशि अजो ना पत्याए निगम पे साखी गौतम ना उमा पत स्वामी शीस तरन सहस पगमी इन दूतन खल बद कर मारियो बड़ो निलाज अजू नहीं आयो कह रविदास कहां कैसे की जय बिन रघुनाथ शरण का की लीजय इन दूतन खल बद कर मारियो बड़ो निलाज अजू नहीं हारियो कह रविदास कहां कैसे की जय बिन रघुनाथ शरण का की लीजय वाहिगुरु जी का खालसा वाहिगुरु जी की फतेह। परम सत्कारियो चुकर चुकर दल गुरुगति ते सुभाईमान सर्व सांझी वावता ते रैबन नाम के जहाज हल्त पल्त दे रखेक लोक प्रलोक दे सहायक हाजर नाजर तन तन साहिब श्री गुरु ग्रंथ साहिब जी महाराज पातशाह जी दे पावन चरण अंदर सुशोभित हुए बैठे गुरु सवारे सत्संग जनों आप वडभागे हो अमृतमयी वाणी का रस पिना कीर्तन गुरमुख प्यारे भाई साहब भाई गुरप्रीत सिंह जी होर दे जथे पासों आप बड़े ही प्यारे दे सहित श्रवण कर रहे सी अमृतमयी वाणी दे कीर्तन उपरंत रोजाना दी तरह चल रही जड़ी वार साहिब श्री गुरु ग्रंथ साहिब जी दी बाणी दे विचार नूं सांझ पाईए आप सब माई भाई मना गुरु चरणों के एकागत करो सुरतियां गुरु शब्द न जोड़ो बड़े ही प्यार पदम सहित रसमी आवाज उच्चारण करो जी सतनाम श्री वाहेगुरु जी। सत्कार योग भगत रविदास जी के पावन मुखारबन तो उच्चारण आज के इलाही अमृतमयी वचन जैत श्री राग अंदर सुशोभित हैं। संखेप मंगलाचरण है एक ओंकार सतगुरु प्रसाद अकाल पुरख एक है उस सदीव सच्चा है कण कण विच व्यापरिया है और गुरु की मेहरामत सदका प्राप्त होता है। जैत श्री राग दे विच भगतां दी बाणी दे विच एक ही शब्द है भगत रविदास जी का ते कल तो फिर टोडी राग की भगत बाणी की विचार आरंभ हो जाएगी ते टोडी राग विच भी भगत नामदेव जी दे सिर्फ तीन ही शब्द ने उस तो फिर अगला राग शुरू हो जाएगा शायद बैराड़ी राग दे विच भगत बाणी नहीं तिलंग राग दे विच फिर भगत कबीर जी तो यह विचार शुरू होगी।
ਅੱਜ ਦੇ ਵਚਨਾਂ ਦੇ ਆਰੰਭ ਵਿੱਚ ਭਗਤ ਰਵਿਦਾਸ ਜੀ ਨੇ ਮਹਿਰਾਮਤ ਕੀਤੀ ਕਹਿ ਲੱਗੇ ਹੇ ਨਾਥ ਜੀ ਮੇਰੇ ਪ੍ਰਭੂ ਮੈਂ ਕੁਝ ਵੀ ਨਹੀਂ ਜਾਣਦਾ ਭਾਵ ਮੇਰੇ ਕੀ ਮੇਰੀ ਪੇਸ਼ ਨਹੀਂ ਚੱਲਦੀ ਮੈਂ ਆਪਣਾ ਮਨ ਜਿਹੜੇ ਮਾਇਆ ਦੇ ਹੱਥ ਵੇਚ ਦਿੱਤਾ ਹੈ ਮੇਰਾ ਮਨ ਮਾਇਆ ਦੇ ਹੱਥੀ ਵਿਕ ਗਿਆ ਆਰੰਭ ਦੇ ਵਚਨ ਨਾਥ ਕਛੂ ਨਾ ਜਾਣੋ ਮਨ ਮਾਇਆ ਕੈ ਹੱਥ ਦਿਕਾਨੋ ਰਹਾਉ ਹੇ ਨਾਥ ਹੇ ਪ੍ਰਭੂ ਮੈਂ ਆਪਣਾ ਮਨ ਮਾਇਆ ਦੇ ਹੱਥ ਵੇਚ ਚੁੱਕਿਆ ਤੇ ਜਿਸ ਦਿਨ ਦਾ ਮਨ ਮਾਇਆ ਹੱਥ ਵੇਚਿਆ ਉਸ ਦਿਨ ਤੋਂ ਬਾਅਦ ਮੇਰੀ ਇਸ ਮਨ ਦੇ ਕੇ ਪੇਸ਼ ਨਹੀਂ ਜਾਂਦੀ ਮੇਰਾ ਬਸ ਨਹੀਂ ਚੱਲਦਾ ਇਸ ਮਨ ਦੇ ਕੇ ਮਾਇਆ ਦੇ ਹੱਥ ਇਸ ਮਨ ਨੂੰ ਵੇਚ ਦਿੱਤਾ ਹੈ ਮਾਇਆ ਕੀ ਹੈ ਮਾਇਆ ਧਨ ਦੌਲਤ ਹੈ ਮਾਇਆ ਜ਼ਮੀਨ ਦੇ ਰਾਜ ਹੈ ਮਾਇਆ ਪਦਾਰਥ ਨੇ ਨਹੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਚਨ ਕੀਤਾ ਬਾਣੀ ਚ ਕਹਿ ਲੱਗੇ ਮਾਇਆ ਇੱਕ ਸੋਚ ਦਾ ਨਾਮ ਹੈ ਉਹ ਸੋਚ ਜਿਹੜੀ ਰੱਬ ਨਾਲ ਸਾਨੂੰ ਵਿਛੋੜ ਦੇਵੇ ਉਹ ਸੋਚ ਜਿਹੜੀ ਮੋਹ ਮਮਤਾ ਪੈਦਾ ਕਰ ਦੇਵੇ ਉਹ ਵਾਲੀ ਸੋਚ ਜਿਹੜੀ ਮੇਰ ਤੇਰ ਦਾ ਵਿਤਕਰਾ ਖੜਾ ਕਰੇ ਉਸ ਸੋਚ ਦਾ ਨਾਮ ਹੈ ਮਾਇਆ ਪਹਿਲੀ ਗੱਲ ਮਾਇਆ ਉਹ ਸੋਚ ਜਿਹਦੇ ਨਾਲ ਰੱਬ ਭੁੱਲ ਜਾਂਦਾ ਹੈ ਦੂਜੀ ਗੱਲ ਮਾਇਆ ਉਹ ਸੋਚ ਜਿਹਦੇ ਨਾਲ ਮੋਹ ਮਾਇਆ ਆਪਣਤ ਮੈਂ ਮੇਰੀ ਪੈਦਾ ਹੋ ਜਾਂਦੀ ਹੈ ਤੀਜੀ ਗੱਲ ਮਾਇਆ ਉਹ ਸੋਚ ਜਿਹੜੀ ਮੇਰ ਤੇਰ ਦੇ ਵਿਤਕਰੇ ਖੜੀ ਕਰਦੀ ਹੈ ਇਹ ਮਾਇਆ ਜਿੱਤ ਹਰ ਵਿਸਰੇ ਪਹਿਲੀ ਗੱਲ ਰੱਬ ਭੁੱਲ ਜਾਂਦਾ ਹੈ ਉਹੋ ਜਿਹੀ ਸੋਚ ਜਿਹਦੇ ਨਾਲ ਰੱਬ ਯਾਦ ਨਾ ਹੋਵੇ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਮੋਹ ਪੈਦਾ ਹੋ ਜਾਏ ਵੀ ਆਹ ਵੀ ਚੀਜ਼ ਮੇਰੀ ਆਹ ਵੀ ਚੀਜ਼ ਮੇਰੀ ਮਨੁੱਖ ਫੜ ਕੇ ਬਹਿ ਜਾਏ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਓ ਦੂਜਾ ਲਾਇਆ ਤੇ ਦਵੈਸ਼ ਭਾਓ ਖੜਾ ਕਰ ਦੇਵੇ ਵਿਤਕਰਾ ਖੜਾ ਕਰ ਦੇਵੇ ਇਹ ਆਪਣੇ ਇਹ ਬੇਗਾਨੇ ਨੇ ਇਹ ਚੰਗਾ ਇਹ ਮਾੜਾ ਹੈ ਇਹ ਊਚ ਹੈ ਇਹ ਨੀਚ ਹੈ ਰੱਬ ਨਾਲ ਤੋੜ ਕੇ ਦੂਜੇ ਪ੍ਰਤੀ ਭਾਓ ਪਿਆਰ ਪੈਦਾ ਕਰ ਦੇਵੇ ਦੂਜੇ ਪ੍ਰਤੀ ਆਪਣਤ ਪੈਦਾ ਕਰ ਦੇਵੇ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਓ ਦੂਜਾ ਲਾਇਆ ਉਹ ਸੋਚ ਜਿਹੜੀ ਰੱਬ ਤੋਂ ਵਿਛੋੜ ਕੇ ਸਾਨੂੰ ਦੁਨਿਆਵੀ ਪਦਾਰਥਾਂ ਦੇ ਵਿੱਚ ਮੋਹ ਦੇ ਵਿੱਚ ਫਸਾ ਦੇ ਉਸ ਸੋਚ ਦਾ ਨਾਮ ਹੈ ਤੇ ਮੇਰਾ ਮਨ ਉਸ ਸੋਚ ਦੇ ਹੱਥੀਂ ਵਿਕ ਗਿਆ ਮੇਰੇ ਮਨ ਦੀ ਸੋਚ ਪੈਦਾ ਹੋ ਗਈ ਕਿ ਦੁਨਿਆਵੀ ਪਦਾਰਥ ਹੀ ਸਾਰਾ ਕੁਛ ਨੇ ਨਾਥ ਕਛੂ ਨਾ ਜਾਣੋ ਹੇ ਮੇਰੇ ਪ੍ਰਭੂ ਹੁਣ ਮੇਰੀ ਪੇਸ਼ ਨਹੀਂ ਜਾਂਦੀ ਮਨ ਮਾਇਆ ਕੇ ਹੱਥ ਵਿਕਾਨੋ ਮੇਰਾ ਮਨ ਮਾਇਆ ਦੇ ਹੱਥੀਂ ਵਿਕ ਚੁੱਕਿਆ ਹੈ ਮਾਇਆ ਦੇ ਅੱਗੇ ਸਮਰਪਿਤ ਹੋ ਗਿਆ ਮੇਰਾ ਮਨ ਤੁਮ ਕਹੀਤ ਹੋ ਜਗਤ ਗੁਰੂ ਸਵਾਮੀ ਹਮ ਕਹੀਤ ਕਲਯੁਗ ਕੇ ਕਾਮੀ ਹੇ ਮੇਰੇ ਨਾਥ ਤੁਸੀਂ ਤੇ ਜਗਤ ਦੇ ਮਾਲਕ ਅਖਵਾਉਂਦੇ ਹੋ ਅਸੀਂ ਇਸ ਸਮੇਂ ਦੇ ਵਿਸ਼ਈ ਜੀਵ ਆ ਇਸ ਚੱਲ ਰਹੇ ਸਮੇਂ ਦੇ ਵਿੱਚ ਅਸੀਂ ਵਿਕਾਰ ਭੋਗਣ ਵਾਲੇ ਜੀਵ ਹਾਂ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਇਹਨਾਂ ਪੰਜਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਮੇਰੇ ਮਨ ਨੂੰ ਵਿਗਾੜ ਕੇ ਰੱਖ ਦਿੱਤਾ ਇੰਨਾ ਵਿਗਾੜ ਦਿੱਤਾ ਕਿ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਹਰ ਪਲ ਰੱਬ ਦੇ ਨਾਲ ਵਿਖ ਪਵਾ ਦਿੱਤੀ ਇਹਨਾਂ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਪ੍ਰੀਤਮ ਤੋਂ ਵਿਛੋੜ ਕੇ ਰੱਖ ਦਿੱਤਾ ਮਨੁੱਖ ਦੇ ਅੰਦਰ ਗੁਣਾਂ ਦੀ ਦੌਲਤ ਹੈ ਹਰ ਮਨੁੱਖ ਦੇ ਅੰਦਰ ਇੱਕ ਅੰਮ੍ਰਿਤ ਹੈ ਪਰ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੀਵਨ ਚ ਪ੍ਰਵੇਸ਼ ਕਰ ਜਾਂਦੇ ਨੇ ਉਦੋਂ ਇਸ ਦੌਲਤ ਨੂੰ ਉਦੋਂ ਇਸ ਅੰਮ੍ਰਿਤ ਨੂੰ ਲੁੱਟ ਲੈਂਦੇ ਨੇ ਜਦੋਂ ਅਸੀਂ ਬਾਣੀ ਚ ਵਚਨ ਪੜ੍ਹਦੇ ਹਾਂ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਲੁੱਟੇ ਮਨਮੁਖ ਨਹੀਂ ਪੂਜਿਆ ਇਹ ਅੰਮ੍ਰਿਤ ਨੂੰ ਲੁੱਟਦੇ ਨੇ ਮਨਮੁਖ ਨੂੰ ਸਮਝ ਨਹੀਂ ਪੈਂਦੀ ਹੁਣ ਅੰਮ੍ਰਿਤ ਕਿਹੜਾ ਜਿਹੜਾ ਲੁੱਟਦੇ ਨੇ ਕਿਸ ਅੰਮ੍ਰਿਤ ਦੀ ਗੱਲ ਕੀਤੀ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਮਨੁੱਖ ਜਿਹੜੇ ਸ਼ੁਭ ਗੁਣ ਤੇਰੇ ਅੰਦਰ ਭਰੇ ਸਨ ਚੰਗੀਆਂ ਗੁਣਾਂ ਨੂੰ ਵਿਕਾਰਾਂ ਨੇ ਲੁੱਟ ਲਿਆ ਦੈਵੀ ਗੁਣ ਜਿਹੜੇ ਤੇਰੇ ਜੀਵਨ ਵਿੱਚ ਖਜ਼ਾਨੇ ਵਾਂਗੂ ਭਰੇ ਸਨ ਉਹ ਲੁੱਟੇ ਗਏ ਕਿ ਤਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ
तिने किया पंकज बहु पग नहीं चले हम देखा तें डूबियले मन एक न चेतस मूड मना हर विसरत तेरे गुण गलिया जो रब नू तू भुला दिता तेरे गुण गलने शुरू हो गए। इहदा मतलब गुण अंदर सन जिहड़े गलने शुरू हो गए जितन रब नू भुला दिता रब नू भुला के इह गुण जिहड़े ने गलने शुरू हो गए हर विसरत तेरे गुण गलिया। मनुख दे अंदर सुभावक गुण ने जन्म तो ही गुण ने औकड़ मनुख बाहर इकट्ठे करन लग जांदे जां बच्चे नू सिखा दित्ते जांदे बच्चा ते बड़ा निर्छल है निर्मल है सच सच्चा है ओ ते इन्ना सच्चा है जे पिता कह देवे ना बच्चे नू कि बाहर जिहड़ा भाई आया ना उहनू जाके कह दे वी डैडी घर नहीं है ते उह बाहर जाके कहेगा अंकल जी मेरे डैडी कहिंदे ने मैं घर नहीं आ बेचारा घरे बैठा फड़िया जाता है। बाद विच पिता सिखांदा है बच्चे नू नहीं बच्चे इस तरह नहीं कही दा इस तरह नहीं कही दा इदा कही इदा नहीं कही दा भी डैडी कहिंदे ने मैं घर नहीं है सीधा कही दा भी घर नहीं है फिर सिखाया जाता है झूठ बोलना मूल रूप विच सच लैके आया वो पर झूठ दुनिया ने सिखा दिता मूल रूप विच ईमानदारी लैके आया गुण लैके आया बेईमानी नू सिखा दित्ती गई है गुण सन पर हर विसरत तेरे गुण गलिया जिवें जिवें गुण गलने शुरू होए विकारां ने अंदर नूं लुटना शुरू कर दिता मन इस माया दे अधीन दिख गया मन दिख गया इस माया दे इन पंचन मेरो मन जो बिगाड़ियो इन्हां पंचां ने मेरा मन बिगाड़ के रख दिता काम क्रोध लोभ मोह अहंकार मेरे जीवन ते हावी हो गए इन्हां ने मेरे जीवन नूं बिगाड़ दिता। सतगुरु पातशाह की बाणी के जो बचन पढ़ो कहे इस धरती से वे वे विद्वान वे वे रिखी मुनि वे वे धार्मिक लोग आए पर पंजा हाथों बच नहीं सके भावे उन्होंने वे वे ग्रंथ पढ़े चार वर्ण चौवा के मर्दन खट दर्शन कर तली रे चार वे वे मजबा वर्णा के विद्वान लोग चार वर्ण चौवा के मर्दन खट दर्शन कर तली रे जिन्होंने छे छे शास्त्र हथां दे उपर रखे हुए ने सुंदर सुगड़ स्वरूप सियाने पंचों ही मोह छली दे कहिंदे एडे वड्डे विद्वान एडे वड्डे ग्रंथां नूं पढ़न वाले रिखी मुनि कहिंदे सारे इन्हां पंजां ते हथों ठगे जिन मिल मारे पंच सूरवीर ऐसो कौन बली रे जिन पंच मार बिदार गुजारे सो पूरा ही कली रे एहो जिहा किहड़ा सूरमा जिन्हें पंजां नूं वस कीता हो ते पंज ते केवल जरनैल ने इन्हां दे पिछे ते बड़ी लंबी चौड़ी फौज है इन्हां दे पिछे आसा कृष्णा निंदिया चुगली द्वैश बखीवली तकबरी पता नहीं किन्नी कु लंबी फौज है वड्डी कौम बस भागे नहीं मौकम फौज हट नहीं रे पुछा बचदा कौन है कहने की जिहड़ा साध संगत विचार बैठ कहो नानक तिन जन निर्दलिया साध संगत कह चली रहे गुरमुख जना दे आसरे सदका गुरु दी संगत करके उन्हें इन्हां विकारां नूं जित लिया डर के खत्म कर दिता। सतगुरु पंचम गुरदेव जी ने बाणी च इक वचन कहा कहन लगे किते लग्या सी अखाड़ा ते इस अखाड़े दा पलवाना दा घोल देखण वास्ते इस अखाड़े विच दूरों दूरों लोग आए बड़ा इकट्ठ होया पूरी दुनिया टुकी सतगुरु पातशाह कह लगे मैं भी देखण गया घोल इन्ना वड्डा घोल सी एडी वड्डी छिंज पई कि रब जी आप देखण वास्ते आए इस वड्डे सारे अखाड़े दे विच ढोली ने ढोल ते डगा लाया रण भेरियां सिंगियां सिंगे तूतियां वज रहियां ने रण सिंगे वज रहे ने भेरियां वज रहियां ने तूतियां वज रहियां वड्डे वड्डे बाजे वज रहे ने इन्हां दे विच इक ढोले ने ढोल ते डगा ला के वंगार दित्ती सी उन्हां सारे दुनिया दे लोगां नूं कि इत्थे हुण घोल शुरू होण लगे है घोल शुरू होण दा ऐलान कीता ढोली ने ते इन्हें नूं इक पहलवान आया मैदान विच दूजा आया तीसरा आया चौथा आया पंजवां आया पंज पहलवान आके निकले उन्हां पंजां पहलवानां वल देखदिआं हर कोई डरदा है एडे तगड़े ने उन्हां पंजां पहलवानां ने गेड़ा कढ़ना शुरू कर दिता छिंद जां चक्कर लाण लग पए मैदान दा ते नाल नाल ढोली ढोल ते डगा ला के इक ऐलान करदा है आ ने पंज पहलवान तुहाडे विचों ऐसा कोई सूरमा है जिहड़ा पंजां विचों इक नूं भी ढा के दिखाए कोई
कोई ऐसा सूरमा कोई एवजा पहलवान जिहड़ा पंजां विचों एक नूं भी चित कर रहे है। लोग एक दूसरे के मूंह वाल देखते ने एडे तगड़े पहलवाना कौन ढाएगा, एक भी नहीं ढाया जाना। सतगुरु पातशाह कह लगे मैं भी बैठा, मैनू मेरे प्रभु ने कहा, मेरे मालक ने कहा तुसीं जाओ जाके पंजां नूं चित कर दिओ, जाके पंजां नूं ढाओ। मैं हाथ जोड़ के कह दिता मेरे प्रभु पंजां नूं, इत्थे एक नूं ढाणा भी बड़ा औखा है, एक नूं भी ढाणा बड़ा मुश्किल है, पंजां नूं मैं किवें ढावांगा, मेरे कोल ताकत नहीं मैं पंजां नूं ढा सका। उस प्रभु ने मेरे मालक ने कहा इस तरह करो, गुरु को जाओ, गुरु को थापी ले लो, असीस ले लो, भाव गुरु तक ज्ञान लेके आओ इन्होंने पंजा कि चित करना है। गुरु वो कोच है जिहड़ा सानू दा दसद जुगत दसद इन्होंने पंजा कि ढाना है। गुरु को असीस लेके आओ, गुरु को असीस लैन वास्ते सतगुरु कह लगे मैं आया। गुरु ने थापड़ा दिता पिटते, गुरु ने ज्ञान दिता, गुरु ने जुगत दसी। जो मैं मैदाने इस मैदान दे विच आया, मैदान विच नित्रिया, गुरु दी दसी जुगत वर्ती एक एक करके पंजा नूं चित करके रख दिता। सतगुरु पातशाह दी बाणी दे विच कहन लगे मैं रब दा पहलवान नित्रिया इस दुनिया दे विच, हां गुसाई दा पहलवानड़ा, मैं गुर मिल उच तुमलड़ा, सब होई छिंजी इकठियां दई बैठा वेखै आप जीओ। दयालु आप देखदे इस कोल नूं एडा वड्डा अखाड़ा कि वात वजन टमक भेरिया माया दे बाजे बजदे ने, थौ थाई शोर ही शोर है। वो किहड़ा अखाड़ा है? यह दुनिया एक अखाड़ा है, इस संसार रूपी अखाड़े दे विच रब भी वसद है। यह जग सच्चे की है कोठड़ी, सच्चे का विच वास, रब वसद है। ते इस अखाड़े दे विच माया दे बाजे बजदे ने, माया का शोर शराब है। काम क्रोध लोभ मोह हंकार ये पांच पहलवान ने, ये पांच पहलवान इस संसार अखाड़े च नित्रे हुए ने। किसी की हिम्मत नहीं पैंदी पंजां चों एक नूं भी ढाया जा सके। काम क्रोध नूं कोई ढा नहीं सकदा, लोभ मोह नूं ढाणा औखा है, हंकार नाल दाव बेच लाणा बड़ा औखा है। ये पंजे बड़े तगड़े, वात वजन टमक भेरिया मन लथे लैंदे फेरियां, कल के चक्कर कटते ने पंजे विकार, है कोई जिहड़ा सानू ढा के दिखाए। वात वजन टमक भेरिया मल लथे लेंदे फेरिया, नेते नेते मैंने नथ ले काबू च कर ले, नेते पंज जवान मैं गुर थापी दिती कंड जीओ। जो गुरु ने थापड़ा दिता, गुरु ने असीस दिती, गुरु की दसी जुगत वरती इन्हां पंजां नूं चित करके रख दिता। गुरु थापड़ा दिंदे ते गुरु की असीस का मतलब गुरु एक ज्ञान भरी जुगती दिंदे। जितने भाई बचित्र सिंह थापड़ा दिता ते एक जुगत दसी सी, भाई बचित्र सिंह एहो जिहा हाथी सामने आ जाए ना जिन्हों पूरा लोहे च मढ़िया हुआ हो, जिन्हें मत्थे ते भी लोहे के तवे होण, जिनी सुंड भी लोहे नाल मड़ी होवे, नशे च धुत होवे, दो तारा खंडा सुंड दे अगे लटकदा होवे, इहो जिहा हाथी भी आ जाए ना तैनूं जुगत दसा किवें मुकाबला करीदे। गुरु ने थापड़ा दिता जुगत दसी, फिर उस जुगत नूं वरतिया भाई बचित्र सिंह ने। सरदार सुजान सिंह होरां दी एक पुस्तक है कलगी दियाणियां, उन्हें बड़ा खूबसूरत बयान किया। कह लगे बस गुरु ने जिहड़ी जुगत दसी ना, जो भाई बचित्र सिंह घोड़े ते सवार होके उस मस्त हाथी सामने गए जिहड़ा लोहे नाल मढ़िया पिया है, ते भाई साहब ने लगामां पाईआं मूंह दे विच, ते रकाबां दे उत्ते पैर खड़े करके खड़े होए, दोनों हाथां नाल लगनी फड़ी, बस इक्को चीज नजर आती है ना, लाओ लश्कर फौज दिसदी है। भाई बचित्र सिंह नूं ना हाथी नजर आउंदा है, बस अख नजर आती है। ऐसा जोरदार नागनी का वार किया, अख च नागनी तस गई, ते ओ हाथी चीकदा चिंगाड़दा पिछा नूं दौड़ पिया। भाई बचित्र सिंह किले के अंदर दाखल हुए, फिर दरवाजा बंद कर लिया। पहला अटैक सी, बस इको चीज गुरु ने जुगत दस दी भी हाथी दियां अखां ही नंगियां होणगियां, उहदे उपर नागनी का वार करी हाथी ते दौड़दे देर नहीं लगेगी। आया जुगत, आया गुरु का थापड़ा, आया गुरु की असीस। नेते पंज जवान मैं गुर थापी दित्ती कंड जियो, सब इकट्ठे होए आया घर जस वाण पटाया, गुरमुख लाहा लै गए मनमुख चले पूर गवाई जियो।
ਇਹੀ ਅੱਜ ਦੇ ਵਚਨ ਕਹਿਣ ਲੱਗੇ ਇਨ ਪੰਚਨ ਮੇਰੋ ਮਨ ਜੋ ਵਿਗਾੜਿਓ, ਪੰਜਾਂ ਨੇ ਮਨ ਨੂੰ ਵਿਗਾੜਿਆ। ਵਿਸ਼ਈ ਮਨੁੱਖ ਜਦੋਂ ਹੁੰਦਾ ਇੱਕ ਪਲ ਦੇ ਸਵਾਦ ਦੀ ਖਾਤਰ ਕੀ ਕਰਦਾ, ਬਾਹਰ ਮੂੰਹ ਮਾਰਦਾ, ਫਿਰ ਸਾਰੀ ਜ਼ਿੰਦਗੀ ਪਛਤਾਉਣਾ ਪੈ ਜਾਂਦਾ। ਨਿਮਕ ਕਾਮ ਸਵਾਦ ਕਾਰਨ ਕੋਟ ਦਿਨ ਸੁੱਖ ਪਾਵੇ, ਘੜੀ ਮੋਹਤ ਰੰਗ ਮਾਣੇ, ਫਿਰ ਬੋਲ ਕੋਲ ਪਛਤਾਵੇ। ਬਾਅਦ ਵਿੱਚ ਪਛਤਾਵਾ ਰਹਿ ਜਾਂਦਾ ਜ਼ਿੰਦਗੀ ਦੇ ਵਿੱਚ। ਕ੍ਰੋਧ ਦੀ ਗੱਲ ਕਰੋ, ਕ੍ਰੋਧ ਤੇ ਕਾਮ ਦੋ ਐਸੇ ਵਿਕਾਰ ਨੇ ਜਿਹੜਾ ਸੁਹਾਗੇ ਦਾ ਕੰਮ ਕਰਦੇ ਨੇ। ਲੋਭ ਸੋਨਾ ਸੁਨਿਆਰ ਜਦੋਂ ਢਾਲਦਾ ਨਾ, ਹੁਣ ਨਿਰਾ ਗਰਮ ਕੀਤਿਆਂ ਨਹੀਂ ਸੋਨਾ ਢਲਦਾ, ਸੁਨਿਆਰ ਕੀ ਕਰਦਾ ਉਹਦੇ ਉੱਪਰ ਸੁਹਾਗਾ ਪਾ ਦਿੰਦਾ, ਤੇ ਸੁਹਾਗਾ ਉਹ ਮਸਾਲਾ ਹੈ ਜਿਹੜਾ ਸੋਨੇ ਨੂੰ ਵੀ ਪਾਣੀ ਵਾਂਗੂ ਪਤਲਾ ਕਰ ਦਿੰਦਾ ਹੈ, ਨਰਮ ਕਰ ਦਿੰਦਾ ਹੈ। ਸੁਹਾਗਾ ਸੋਨੇ ਨੂੰ ਵੀ ਪਾਣੀ ਬਣਾ ਦਿੰਦਾ ਹੈ, ਤੇ ਆ ਕਾਮ ਕ੍ਰੋਧ ਉਹ ਸੁਹਾਗਾ ਨੇ ਜਿਹੜੇ ਸਾਡੇ ਸਰੀਰ ਨੂੰ ਪਾਣੀ ਕਰ ਦਿੰਦੇ ਨੇ, ਖਤਮ ਕਰ ਦਿੰਦੇ ਨੇ। ਕਾਮ ਕ੍ਰੋਧ ਕਾਇਆ ਕੋ ਗੜ ਹੈ, ਜਿਉਂ ਕੰਚਨ ਸੁਹਾਗਾ ਢਾਲੇ, ਜਿਵੇਂ ਸੁਹਾਗਾ ਸੋਨੇ ਨੂੰ ਢਾਲ ਕੇ ਪਤਲਾ ਕਰ ਦਿੰਦਾ, ਪਾਣੀ ਕਰ ਦਿੰਦਾ। ਆ ਕਾਮ ਕ੍ਰੋਧ ਐਸੇ ਵਿਕਾਰ ਨੇ, ਜਦੋਂ ਆ ਜ਼ਿੰਦਗੀ ਦੇ ਵਿੱਚ ਆ ਜਾਂਦੇ ਨੇ, ਸਰੀਰ ਵੀ ਢਲ ਜਾਂਦਾ, ਰੋਗਾਂ ਦਾ ਖਾਤੀ ਹੋ ਜਾਂਦਾ। ਲੋਭ ਤੇ ਮੋਹ, ਲੋਭ ਤੇ ਮੋਹ ਦੇ ਵਿੱਚੋਂ ਤ੍ਰਿਸ਼ਨਾ ਦਾ ਜਨਮ ਹੁੰਦਾ। ਇਹ ਦੋ ਵਿਕਾਰ ਇਕੱਠੇ ਹੋ ਜਾਂਦੇ, ਮਨੁੱਖ ਨੂੰ ਜੀਣ ਨਹੀਂ ਦਿੰਦੇ। ਲੋਭ ਤੇ ਮੋਹ ਇਸ ਤਰ੍ਹਾਂ ਨੇ ਜਿਵੇਂ ਕਿਸੇ ਪੰਛੀ ਦੇ ਦੋ ਪਰ ਹੋਣ, ਇੱਕ ਪਰ ਹੋਵੇ ਤੇ ਪੰਛੀ ਉੱਡ ਨਹੀਂ ਸਕਦਾ, ਇੱਕ ਪਾਸੇ ਖੰਭ ਹੋਣ ਦੂਜੇ ਪਾਸੇ ਨਾ ਹੋਣ, ਉਹ ਲੱਖ ਚਾਹੇ ਉਡਾਰੀ ਮਾਰਨਾ ਉਡਾਰੀ ਨਹੀਂ ਮਾਰ ਸਕਦਾ, ਉਹਨੂੰ ਦੋਨੋਂ ਪਾਸੇ ਖੰਭ ਚਾਹੀਦੇ ਨੇ। ਤ੍ਰਿਸ਼ਨਾ ਉਹ ਪੰਛੀ ਹੈ ਜਿਹਨੂੰ ਉੱਡਣ ਵਾਸਤੇ ਲੋਭ ਤੇ ਮੋਹ ਦੇ ਦੋਨੋਂ ਪਾਸੇ ਖੰਭ ਚਾਹੀਦੇ ਨੇ। ਇਕੱਲੇ ਲੋਭ ਨਾਲ ਵੀ ਤ੍ਰਿਸ਼ਨਾ ਨਹੀਂ ਜਵਾਨ ਹੁੰਦੀ, ਤੇ ਇਕੱਲੇ ਮੋਹ ਨਾਲ ਵੀ ਤ੍ਰਿਸ਼ਨਾ ਦਾ ਪੰਛੀ ਨਹੀਂ ਉੱਡਦਾ, ਦੋਨੋਂ ਇਕੱਠੇ ਚਾਹੀਦੇ ਨੇ। ਉਹ ਕਿਸ ਤਰ੍ਹਾਂ, ਇੱਕ ਵਿਕਾਰ ਹੈ ਲੋਭ, ਇੱਕ ਹੈ ਮੋਹ। ਜੇ ਮੇਰੇ ਮਨ ਦੀ ਇੱਛਾ ਹੋਵੇ ਕਿ ਮੇਰੇ ਕੋਲ 100 ਹੋਣ, ਪਰ ਮੇਰੇ ਕੋਲ ਜੇਬ ਦੇ ਵਿੱਚ 50 ਨੇ, 50 ਰੁਪਏ ਨੇ, ਮੈਂ ਚਾਹੁੰਦਾ 100 ਹੋਣ, ਤੇ ਮੈਨੂੰ ਕੀ ਕਰਨਾ ਪਏਗਾ, ਮੈਨੂੰ ਲੋਭ ਕਰਨਾ ਪਏਗਾ, ਜਿਹੜੇ ਦੂਜੇ ਦੇ 50 ਨੇ ਮੈਂ ਉਹ ਖੋ ਲਵਾਂ, ਭਾਵੇਂ ਖੋਵਾਂ, ਭਾਵੇਂ ਰਿਸ਼ਵਤ ਲਵਾਂ, ਭਾਵੇਂ ਹੱਕ ਮਾਰਾਂ, ਭਾਵੇਂ ਚੋਰੀ ਕਰਾਂ, ਭਾਵੇਂ ਹੀਰਾਗਿਰੀ ਕਰਾਂ, ਭਾਵੇਂ ਠੱਗੀ ਕਰਾਂ, ਮੇਰੀ ਜੇਬ ਦੇ ਵਿੱਚ $50 ਨੇ, ਪਰ 100 ਉਦੋਂ ਹੋਣਗੇ ਜਦੋਂ ਮੈਂ ਦੂਜੇ ਦੇ 50 ਦਾ ਲੋਭ ਕਰਾਂਗਾ, ਲੋਭ ਕਰਾਂਗਾ, ਦੂਜੇ ਦੇ 50 ਕਿਸੇ ਤਰੀਕੇ ਖੋਵਾਂਗਾ, ਫਿਰ ਮੇਰੇ 100 ਬਣਨਗੇ। ਪਰ ਜੇ ਜ਼ਿੰਦਗੀ ਵਿੱਚ ਲੋਭ ਨਾ ਹੋਵੇ, ਇਕੱਲਾ ਮੋਹ ਹੀ ਹੋਵੇ, ਤੇ ਮੋਹ ਦਾ ਮਤਲਬ ਜਿਹੜੇ ਮੇਰੇ ਕੋਲ 50 ਨੇ ਨਾ, ਬਸ ਉਹ ਫੜੀ ਰੱਖਾਂ, ਉਹ ਨਾ ਜਾਣ ਕਿਤੇ, ਚਮੜੀ ਜਾਏ ਪਰ ਦੰਬੜੀ ਨਾ ਜਾਏ, ਖਰਚਣੇ ਨਹੀਂ। ਦੂਜੇ ਦੇ 50 ਦਾ ਕੋਈ ਲੋਭ ਨਹੀਂ ਹੈ, ਸਿਰਫ ਆਪਣੇ 50 ਦਾ ਮੋਹ ਹੈ, ਤਾਂ ਵੀ 100 ਨਹੀਂ ਹੋਣਗੇ। ਜੇ ਦੂਜੇ ਦੇ 50 ਦਾ ਲੋਭ ਹੈ, ਆਪਣੇ 50 ਦਾ ਮੋਹ ਨਹੀਂ ਹੈ, ਦੂਜੇ ਦੇ 50 ਤੇ ਠੱਗ ਲਏਗਾ ਪਰ ਆਪਣੇ ਖਰਚ ਬੈਠੇਗਾ, ਤਾਂ ਵੀ 100 ਨਹੀਂ ਹੋਣਗੇ। 100 ਉਦੋਂ ਹੋਣਗੇ ਜਦੋਂ ਆਪਣੀ ਜੇਬ ਵਿਚਲੇ 50 ਨੂੰ ਫੜ ਕੇ ਰੱਖੇ, ਮੋਹ ਕਰਕੇ ਰੱਖੇ ਵੀ ਖਰਚਣੇ ਨਹੀਂ, ਤੇ ਦੂਜੇ ਦੇ 50 ਦਾ ਲੋਭ ਕਰੇ, ਉਹ ਵੀ ਖਿੱਚ ਲਵਾਂ। ਜਦੋਂ ਲੋਭ ਤੇ ਮੋਹ ਇਕੱਠੇ ਹੁੰਦੇ ਨੇ, ਉਦੋਂ ਤ੍ਰਿਸ਼ਨਾ ਦਾ ਪੰਛੀ ਉੱਡਦਾ, ਉਦੋਂ ਉਡਾਰੀ ਮਾਰਦਾ। ਲੋਭ ਤੇ ਮੋਹ ਇਕੱਠੇ ਮਿਲ ਕੇ ਤ੍ਰਿਸ਼ਨਾ ਨੂੰ ਪੈਦਾ ਕਰਦੇ ਨੇ। ਪਰ ਜਿਵੇਂ ਜਿਵੇਂ ਲੋਭ ਵੱਧਦਾ ਚਲਾ ਜਾਂਦਾ ਮਨੁੱਖ ਦਾ, ਜਿਵੇਂ ਜਿਵੇਂ ਮੋਹ ਵੱਧਦਾ ਚਲਾ ਜਾਂਦਾ, ਦੋਨੋਂ ਪਾਸੇ ਪਰ ਭਾਰੇ ਹੁੰਦੇ ਜਾਂਦੇ ਨੇ, ਖੰਭ ਭਾਰੇ ਹੁੰਦੇ ਜਾਂਦੇ ਨੇ, ਤ੍ਰਿਸ਼ਨਾ ਦਾ ਪੰਛੀ ਉਡਾਰੀ ਮਾਰਦਾ, ਖੰਭ ਭਾਰੇ ਹੁੰਦੇ ਗਏ। ਇੱਕ ਸਮਾਂ ਐਸਾ ਆਉਂਦਾ ਉਹ ਤ੍ਰਿਸ਼ਨਾ ਦਾ ਪੰਛੀ ਆਪਣੇ ਭਾਰੇ ਖੰਭਾਂ ਦੇ ਨਾਲ ਜ਼ਮੀਨ ਤੇ ਮੂਧੇ ਮੂੰਹ ਡਿੱਗ ਜਾਂਦਾ, ਡਿੱਗਣਾ ਹੀ ਪੈਂਦਾ। ਜਿਵੇਂ ਜਿਵੇਂ ਖੰਭ ਭਾਰੇ ਹੁੰਦੇ ਗਏ, ਜਿਵੇਂ ਜਿਵੇਂ ਲੋਭ ਦੀ ਖਾਤਰ ਦੂਜਿਆਂ ਵਾਸਤੇ ਰਸਤਿਆਂ ਚ ਟੋਏ ਪੁੱਟਦਾ ਗਿਆ, ਇੱਕ ਸਮਾਂ ਆਉਂਦਾ ਆਪ ਟੋਇਆਂ ਚ ਘਿਰ ਜਾਂਦਾ, ਆਪ ਵਿੱਚ ਡਿੱਗ ਜਾਂਦਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਉਦਾਹਰਣ ਦਿੱਤੀ, ਕਹਿ ਲੱਗੇ ਮਨੁੱਖ ਲੋਭ ਦੇ ਵਿੱਚ ਆ ਕੇ ਤੂੰ ਮੱਕੜੀ ਵਾਂਗੂ ਜਾਲੇ ਤਣੇ, ਰੇਸ਼ਮ ਦੇ ਕੀੜੇ ਵਾਂਗੂ ਜਾਲੇ ਤਣੇ। ਹੁਣ ਮੱਕੜੀ ਨੇ ਜਾਲਾ ਤਣਿਆ, ਤੇ ਜਾਲਾ ਤਣ ਕੇ ਸੋਚਦੀ ਹੈ ਵੀ ਛੋਟੇ ਛੋਟੇ ਜੀਵ ਦੇ ਵਿੱਚੋਂ ਲੰਘ ਜਾਂਦੇ ਨੇ, ਵੱਡੇ ਜੀਵ ਫਸ ਗਏ, ਛੋਟੇ ਦੇ ਵਿੱਚੋਂ ਨਿਕਲ ਗਏ। ਉਹਨੇ ਲਾਲਚ ਮਚਾ ਕੇ ਫਿਰ ਹੋਰ ਸੰਘਣਾ ਕਰ ਦਿੱਤਾ ਜਾਲਾ, ਛੋਟੇ ਜੀਵ ਵੀ ਫਸਣੇ ਸ਼ੁਰੂ ਹੋ ਗਏ। ਫਿਰ ਮੱਕੜੀ ਦੇਖਦੀ ਬਿਲਕੁਲ ਬਹੁਤ ਛੋਟੇ ਜੀਵ ਉਹਦੇ ਵਿੱਚੋਂ ਨਿਕਲ ਜਾਂਦੇ ਨੇ, ਉਹਨੇ ਹੋਰ ਸੰਘਣਾ ਕੀਤਾ ਜਾਲ। ਇਸ ਤਰ੍ਹਾਂ ਲੱਗਦਾ ਜਿਵੇਂ ਜਾਲ ਚ ਆਪ ਫਸ ਗਈ,
ਹਾਲਾਂ ਮੱਕੜੀ ਨਹੀਂ ਜਾਲ ਵਿੱਚ ਫਸਦੀ, ਜਦੋਂ ਮਨੁੱਖ ਜਾਲ ਫਸਾਉਂਦਾ ਹੈ ਨਾ, ਫਲਾਉਂਦਾ ਹੈ ਨਾ ਲਾਲਚ ਦੇ, ਸੰਘਣੇ ਕਰੀ ਜਾਂਦਾ ਜਾਲ, ਸੰਘਣੇ ਕਰੀ ਜਾਂਦਾ, ਕੋਈ ਮੇਰੀ ਦੁਕਾਨ ਤੇ ਆਏ ਉਹਦੀ ਜੇਬ ਚ ਪੈਸਾ ਨਾ ਬਚੇ, ਸਾਰੇ ਲੁੱਟ ਲਵਾਂ। ਜਿਵੇਂ ਜਿਵੇਂ ਜਾਲ ਸੰਘਣੇ ਤੜਦਾ ਗਿਆ, ਇੱਕ ਸਮਾਂ ਆਉਂਦਾ ਹੈ ਰੇਸ਼ਮ ਦੇ ਕੀੜੇ ਵਾਂਗ ਆਪਣੇ ਜਾਲ ਵਿੱਚ ਆਪ ਫਸ ਜਾਂਦਾ ਹੈ। ਭੁੱਲਿਓ ਮਨ ਮਾਇਆ ਉਲਝਾਇਓ, ਇੰਨਾ ਉਲਝ ਗਿਆ ਜਿਹੜੇ ਜਿਹੜੇ ਕੰਮ ਤੂੰ ਦੂਜੇ ਨੂੰ ਫਸਾਉਣ ਵਾਸਤੇ ਕੀਤੇ ਆਪ ਬੰਨਿਆ ਗਿਆ। ਭੁੱਲਿਓ ਮਨ ਮਾਇਆ ਉਲਝਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੇਹ ਤੇਹ ਆਪ ਬੰਧਾਇਓ। ਜਿਹੜੇ ਜਿਹੜੇ ਲਾਲਚ ਅਧੀਨ ਤੂੰ ਕੰਮ ਕੀਤੇ, ਜਿਹੜੇ ਜਿਹੜੇ ਜਾਲ ਫਲਾਏ, ਇੱਕ ਦਿਨ ਆਪ ਹੀ ਬੰਨਿਆ ਗਿਆ। ਲੋਭ ਤੇ ਮੋਹ ਜਿਵੇਂ ਜਿਵੇਂ ਵੱਧਦੇ ਨੇ ਪਰ ਭਾਰੇ ਹੁੰਦੇ ਜਾਂਦੇ ਨੇ, ਕ੍ਰਿਸ਼ਨਾ ਦਾ ਪੰਛੀ ਜ਼ਮੀਨ ਤੇ ਆ ਡਿੱਗਦਾ ਹੈ। ਹੰਕਾਰ, ਹੰਕਾਰ ਜਿਹੜਾ ਨਾ ਦੋ ਤਰੀਕਿਆਂ ਦਾ ਹੈ, ਇੱਕ ਸਥੂਲ ਹੰਕਾਰ, ਇੱਕ ਸੂਖਮ ਹੰਕਾਰ, ਇੱਕ ਸ਼ੁੱਧ ਹੰਕਾਰ, ਇੱਕ ਮੈਲਾ ਹੰਕਾਰ। ਇਹ ਦੋ ਤਰੀਕਿਆਂ ਦਾ, ਕੱਚਾ ਹੰਕਾਰ ਤੇ ਪੱਕਾ ਹੰਕਾਰ। ਜਿਹੜਾ ਕਿ ਸਥੂਲ ਹੰਕਾਰ ਹੈ ਉਹ ਹੈ ਬਾਹਰੀ ਪਦਾਰਥ ਹੰਕਾਰ, ਬੜਾ ਕੱਚਾ ਹੰਕਾਰ ਹੈ। ਸੰਸਾਰੀ ਬੰਦੇ ਦਾ ਹੰਕਾਰ ਸਥੂਲ ਹੰਕਾਰ ਹੁੰਦਾ ਹੈ। ਸੰਸਾਰੀ ਬੰਦਾ ਉਹ ਹੰਕਾਰ ਕਰਦਾ ਧਨ ਦੌਲਤ ਦਾ, ਜ਼ਮੀਨ ਜਾਇਦਾਦ ਦਾ, ਉਹ ਹੰਕਾਰ ਕਰਦਾ ਆਪਣੀ ਕੁਰਸੀ ਦਾ, ਆਪਣੀ ਤਾਕਤ ਦਾ। ਉਸ ਮਨੁੱਖ ਦਾ ਪਦਾਰਥ, ਉਸ ਮਨੁੱਖ ਦਾ ਘਰ ਬਾਰ, ਉਸ ਮਨੁੱਖ ਦੀ ਧਨ ਦੌਲਤ ਖੋਲੋ, ਉਹਦਾ ਹੰਕਾਰ ਖਤਮ ਹੋ ਜਾਂਦਾ ਹੈ। ਜਿਹੜਾ ਮਨੁੱਖ ਕੁਰਸੀ ਦਾ ਹੰਕਾਰ ਕਰਦਾ, ਉਹਦੀ ਕੁਰਸੀ ਖੋਲੋ, ਉਹਦੀ ਕੁਰਸੀ ਖੋਣ ਦੀ ਦੇਰ ਹੰਕਾਰ ਖਤਮ ਹੋ ਜਾਂਦਾ ਹੈ। ਉਸ ਮਨੁੱਖ ਦੀ ਤਾਕਤ ਖੋਲੋ, ਬੁਢਾਪਾ ਵੈਸੇ ਤਾਕਤ ਖੋ ਜਾਂਦਾ ਹੈ। ਉਸ ਮਨੁੱਖ ਦੀ ਮਾਇਆ ਖੋਲੋ, ਹੰਕਾਰ ਖਤਮ ਹੋ ਜਾਂਦਾ ਹੈ। ਸੰਸਾਰੀ ਬੰਦੇ ਦਾ ਹੰਕਾਰ ਬਹੁਤ ਕੱਚਾ ਹੰਕਾਰ ਹੈ। ਜਿਸ ਚੀਜ਼ ਦਾ ਹੰਕਾਰ ਕਰਦਾ ਉਹ ਚੀਜ਼ ਉਹਦੇ ਤੋਂ ਖੋਲੋ, ਹੰਕਾਰ ਖਤਮ। ਪਰ ਧਾਰਮਿਕ ਬੰਦੇ ਦਾ ਹੰਕਾਰ ਬੜਾ ਸੂਖਮ ਹੈ, ਮਜ਼ਬੂਤ ਹੈ। ਧਰਮੀ ਬੰਦਾ ਜਿਹੜਾ ਕੰਮ ਕਰਦਾ ਪੱਕੇ ਪੈਰੀ ਕੰਮ ਕਰਦਾ, ਮਾੜਾ ਮੋਟਾ ਕੰਮ ਹੀ ਨਹੀਂ ਕਰਦਾ। ਹੁਣ ਆਪਣੇ ਆਪ ਨੂੰ ਧਾਰਮਿਕ ਮੰਨਣ ਵਾਲਾ ਉਹਨੇ ਧਰਮ ਕਰਮ ਕੀਤਾ, ਜਿਹੜਾ ਰੋਜ਼ ਨਿਤਨੇਮ ਦਾ ਪਾਠ ਕਰਦੇ ਆਖਦਾ ਮੇਰੇ ਵਰਗਾ ਨਿਤਨੇਮ ਹੀ ਕਿਹੜਾ ਹੈ। ਛਾਤੀ ਤੇ ਹੱਥ ਮਾਰ ਕੇ ਕਹੇ ਮੈਂ 5 ਸਾਲਾਂ ਤੋਂ ਬਿਨਾਂ ਲਾਗਾ ਨਿਤਨੇਮ ਕਰਦਾ ਆ ਰਿਹਾ, ਹੈ ਕੋਈ ਮੇਰੇ ਵਰਗਾ ਨਿਤਨੇਮ? ਹੁਣ ਉਹਦਾ 5 ਸਾਲਾਂ ਦਾ ਨਿਤਨੇਮ ਕੌਣ ਹੋ ਸਕਦਾ ਹੈ? ਬੜਾ ਸੂਖਮ ਹੰਕਾਰ ਹੈ, ਪਰ ਬੜਾ ਮਜ਼ਬੂਤ ਹੈ, ਪੱਕਾ ਹੈ। ਉਹਦੇ 5 ਸਾਲਾਂ ਦੇ ਨਿਤਨੇਮ ਨੂੰ ਅਸੀਂ ਨਹੀਂ ਖੋ ਸਕਦੇ। ਜਿਹੜਾ ਬੰਦਾ ਕਹੇ ਮੈਂ 10 ਸਾਲਾਂ ਤੋਂ ਗੁਰਦੁਆਰੇ ਸੇਵਾ ਕਰ ਰਿਹਾ, ਹੈ ਕੋਈ ਮੇਰੇ ਵਰਗਾ ਸੇਵਾਦਾਰ? ਹੁਣ ਉਹਦੀ 10 ਸਾਲਾਂ ਦੀ ਸੇਵਾ ਕੌਣ ਖੋ ਸਕਦਾ ਹੈ? ਕੋਈ ਨਹੀਂ ਖੋ ਸਕਦਾ, ਬੜਾ ਪੱਕਾ ਹੰਕਾਰ ਹੈ। 20 ਸਾਲਾਂ ਤੋਂ ਬਾਣੀ ਪੜ ਰਿਹਾ, 20 ਸਾਲਾਂ ਤੋਂ ਸੇਵਾ ਕਰ ਰਿਹਾ, 20 ਸਾਲਾਂ ਤੋਂ ਸਿਮਰਨ ਕਰ ਰਿਹਾ, ਹੈ ਕੋਈ ਮੇਰੇ ਵਰਗਾ ਬਾਣੀ ਪੜ੍ਹਨ ਵਾਲਾ? ਹੁਣ ਉਹਦੀ 20 ਸਾਲਾਂ ਦੀ ਭਗਤੀ ਕੌਣ ਖੋਏ? ਧਰਮ ਕੰਮ ਕੀਤਾ ਪਰ ਨਾਲ ਕਹਿਤਾ ਮੈਂ ਕੀਤਾ। ਗੁਰਮੁਖ ਤੇ ਮਨਮੁਖ ਚ ਆਹੀ ਇੱਕ ਫਰਕ ਹੈ। ਧਰਮ ਕਰਮ ਮਨਮੁਖ ਨੇ ਕੀਤੇ ਤੇ ਕਹਿ ਦਿੱਤਾ ਮੈਂ ਕੀਤੇ, ਹਮ ਕੀਆ ਹਮ ਕਰਾਂਗੇ, ਹਮ ਮੂਰਖ ਗਵਾਰ, ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆ। ਕਰਮ ਧਰਮ ਗੁਰਮੁਖ ਨੇ ਵੀ ਕੀਤੇ, ਉਹਨੇ ਕਰਕੇ ਕਹਿ ਦਿੱਤਾ ਕਬੀਰ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ, ਮੈਂ ਕੁਛ ਕਰਨ ਵਾਲਾ ਹੀ ਨਹੀਂ। ਇਹ ਹਉ ਏਡੀ ਬਲਵਾਨ ਹੈ ਕਿ ਵੱਡੇ ਵੱਡੇ ਧਰਮੀ ਵੀ ਜ਼ਮੀਨ ਦੇ ਮੂੰਹ ਦੇ ਮੂੰਹ ਜਾ ਡਿੱਗਦੇ, ਏਡੀ ਬਲਵਾਨ ਹੈ ਹਉ। ਹੰਕਾਰ ਇੰਨਾ ਬਲਵਾਨ ਹੈ ਕਿ ਨਾਮ ਨਹੀਂ ਹਿਰਦੇ ਚਾਣਾ ਹੋਵੇ, ਨਾਮ ਸ਼ਰਤ ਰੱਖਦਾ ਹੈ। ਹੰਕਾਰ ਨਹੀਂ ਹਿਰਦੇ ਚਾਣਾ ਹੋਵੇ, ਹੰਕਾਰ ਦੀ ਕੋਈ ਸ਼ਰਤ ਨਹੀਂ, ਹਉਮੈ ਦੀ ਕੋਈ ਸ਼ਰਤ ਨਹੀਂ। ਨਾਮ ਨਹੀਂ ਹਿਰਦੇ ਚਾਣਾ, ਨਾਮ ਦੀ ਸ਼ਰਤ ਹੈ। ਆਪਣੇ ਅੰਦਰੋਂ ਹਉਮੈ ਨੂੰ ਬਾਹਰ ਕੱਢ, ਮੈਂ ਤਾਂ ਆਵਾਂਗਾ ਜਿੱਥੇ ਹਉਮੈ ਬੈਠੀ ਹੈ ਨਾ, ਉੱਥੇ ਮੈਂ ਨਹੀਂ ਬਹਿ ਸਕਦਾ। ਹਉਮੈ ਨਾਮੇ ਨਾਲ ਵਿਰੋਧ ਹੈ, ਦੋਈ ਨਾਮ ਵਸੇ ਇਕੱਠਾ ਹੈ, ਦੋਨੋਂ ਇਕੱਠੇ ਨਹੀਂ ਰਹਿ ਸਕਦੇ। ਹਉਮੈ ਤੇ ਨਾਮ ਇਸ ਕਰਕੇ ਇਕੱਠੇ ਨਹੀਂ ਰਹਿ ਸਕਦੇ ਕਿਉਂਕਿ ਹਉਮੈ ਵਿੱਚ ਮਨੁੱਖ ਮੈਂ ਮੈਂ ਕਰੀ ਜਾਂਦਾ ਹੈ, ਨਾਮ ਦੇ ਵਿੱਚ ਉਹਨੂੰ ਤੂੰ ਤੂੰ ਕਰਨਾ ਪੈਂਦਾ, ਇਸ ਕਰਕੇ ਇਕੱਠੇ ਨਹੀਂ ਰਹਿ ਸਕਦੇ। ਨਾਮ ਦੀ ਸ਼ਰਤ ਹੈ, ਨਾਮ ਦੀ ਹਿਰਦੇ ਚਾਣਾ ਹੋਵੇ, ਨਾਮ ਸ਼ਰਤ ਰੱਖਦਾ ਹਉਮੈ ਬਾਹਰ ਕੱਢ, ਮੈਂ ਤਾਂ ਆਵਾਂਗਾ। ਪਰ ਹਉਮੈ ਏਡੀ ਬਲਵਾਨ ਹੈ, ਉਹਦੀ ਕੋਈ ਸ਼ਰਤ ਨਹੀਂ ਹੈ। ਹਉਮੈ ਕਹਿੰਦੀ ਤੂੰ ਨਾਮ ਵੀ ਜਪੀ ਚੱਲ, ਮੈਂ ਆਪ ਹੀ ਆ ਜਾਵਾਂਗੀ, ਤੂੰ ਕਹੇਗਾ ਮੇਰੇ ਵਰਗਾ ਨਾਮ ਜਪਣ ਵਾਲਾ ਕਿਹੜਾ, ਉਹਦੀ ਕੋਈ ਸ਼ਰਤ ਨਹੀਂ। ਹਉਮੈ ਕਹਿੰਦੀ ਤੂੰ ਨਿਤਨੇਮ ਵੀ ਕਰੀ ਚੱਲ, ਮੈਂ ਆਪ ਹੀ ਆ ਜਾਵਾਂਗੀ, ਤੂੰ ਕਹੇਗਾ ਮੇਰੇ ਵਰਗਾ ਨਿਤਨੇਮ ਵੀ ਕਿਹੜਾ, ਤੂੰ ਸੇਵਾ ਕਰੀ ਚੱਲ, ਮੈਂ ਆਪ ਹੀ ਆ ਜਾਵਾਂਗੀ, ਤੂੰ ਕਹੇਗਾ ਮੇਰੇ ਵਰਗਾ ਸੇਵਾਦਾਰ ਕਿਹੜਾ। ਹਉਮੈ ਦੀ ਕੋਈ ਸ਼ਰਤ ਨਹੀਂ ਹੈ,
ਉਹ ਆਪ ਹੀ ਆ ਜਾਂਦੀ ਹੈ। ਸਤਿਗੁਰੂ ਤਾਂ ਹੀ ਇੱਕ ਬਾਣੀ ਚ ਬਚਨ ਗਿਆ, ਕਿਸੇ ਮਨੁੱਖ ਨੂੰ ਕੋਈ ਅਸਾਧ ਰੋਗ ਲੱਗ ਜਾਏ ਨਾ, ਵੱਡਾ ਰੋਗ ਲੱਗ ਜਾਏ ਤੇ ਲੋਕ ਦਵਾਈਆਂ ਲੈਂਦੇ ਨੇ, ਇਲਾਜ ਕਰਾਉਂਦੇ ਨੇ, ਹੋ ਸਕਦਾ ਇਲਾਜ ਕਰਾਉਣਾ ਪਵੇ, ਆਪਰੇਸ਼ਨ ਕਰਾਉਣਾ ਪਵੇ, ਸਰਜਰੀ ਕਰਾਉਣੀ ਪਵੇ। ਕਈ ਵਾਰ ਇਹ ਵੀ ਹੋ ਸਕਦਾ ਵੀ ਇੰਨਾ ਵੱਡਾ ਰੋਗ ਲੱਗ ਜਾਏ ਕਿ ਡਾਕਟਰਾਂ ਦੇ ਵੀ ਕਾਬੂ ਚ ਨਾ ਆਵੇ, ਬਸ ਨਾ ਆਵੇ। ਉਸ ਰੋਗ ਵਿੱਚ ਮਨੁੱਖ ਤੜਕ ਤੜਕ ਕੇ ਦਮ ਤੋੜ ਜਾਏ, ਭਾਵੇਂ ਕਿੱਡੇ ਹੀ ਪਿਆਰਾ ਘਰ ਦਾ ਜੀ ਹੋਵੇ ਪਰ ਘਰ ਦੇ ਦੱਬਵੀਂ ਆਵਾਜ਼ ਵਿੱਚ ਕਹਿ ਦਿੰਦੇ ਨੇ ਚਲੋ ਵਿਚਾਰੇ ਦਾ ਦੁੱਖ ਤੋਂ ਖਹਿੜਾ ਛੁਟੇਗਾ, ਚਿਖਾ ਚ ਸੜੇਗਾ, ਰੋਗ ਦੇ ਕੀਟਾਣੂ ਵੀ ਨਾਲ ਹੀ ਸੜ ਜਾਣਗੇ, ਖਹਿੜਾ ਛੁਟੇਗਾ। ਪਰ ਇੱਕ ਹਉ ਐਸੀ ਚੀਜ਼ ਹੈ, ਇਹ ਮਨੁੱਖ ਦਾ ਖਹਿੜਾ ਨਹੀਂ ਛੱਡਦੀ, ਭਾਵੇਂ ਆਪਣੇ ਤਨ ਦੇ ਟੁਕੜੇ ਟੁਕੜੇ ਵੀ ਕਰਾ ਲਵੇ ਨਾ ਧਰਮ ਦੀ ਖਾਤਰ, ਤੇ ਕਵੀ ਵੀ ਮੈਂ ਕਰਾ ਰਿਹਾ ਇਹ ਤਾਂ ਵੀ ਨੀ ਖੇੜਾ ਛੱਡਦੀ, ਤਾਂ ਵੀ ਨਾਲ ਹੀ ਹੈ। ਨਿਮਖ ਨਿਮਖ ਕਰ ਸਰੀਰ ਕਟਾਵੈ ਤਾਂ ਉਹ ਵੀ ਹਉਮੈ ਮੈਲ ਨਾ ਜਾਵੇ, ਭਾਵੇਂ ਤਨ ਦੇ ਟੁਕੜੇ ਟੁਕੜੇ ਵੀ ਕਰਾ ਲਵੇ ਹਉਮੈ ਫਿਰ ਵੀ ਖੇੜਾ ਨਹੀਂ ਛੱਡਦੀ, ਏਡੀ ਬਲਵਾਨ ਹੈ। ਤੇ ਹਉਮੈ ਉਦੋਂ ਛੁੱਟੀ ਜਾ ਸਕਦੀ ਹੈ ਜਦੋਂ ਕਿ ਗੁਰੂ ਅੱਗੇ ਸਮਰਪਿਤ ਹੋ ਜਾਏ, ਗੁਰੂ ਅੱਗੇ ਆਪਾਂ ਭੇਟ ਕਰ ਦੇਵੇ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਟ, ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹਉਮੈ ਰੋਗ, ਗੁਰੂ ਤੋਂ ਬਿਨਾਂ ਹਉ ਕੋਈ ਨਹੀਂ ਖੜ ਸਕਦਾ। ਇਹੀ ਕਾਰਨ ਗੁਰੂ ਵਾਲੇ ਹੋਣਾ ਪੈਂਦਾ, ਗੁਰੂ ਚਰਨਾਂ ਚ ਸਮਰਪਿਤ ਹੋਣਾ ਪੈਂਦਾ। ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾਂ ਮਿਲਾਇਆ ਜਿਵੇਂ ਧੁਰੇ ਪਿਆ ਸੀ। ਹੌਮ ਸਿਰਫ ਗੁਰੂ ਕੱਟਦਾ, ਹੋਰ ਕੋਈ ਨਹੀਂ ਕੱਟ ਸਕਦਾ। ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਹਸਨ ਅਬਦਾਲ ਤੋਂ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਡਿੰਗਾ ਆਏ ਨਾ, ਖਾਸ ਕਰ ਪਿੱਛੋਂ ਮੱਕੇ ਮਦੀਨੇ ਤੋਂ ਪ੍ਰਚਾਰ ਕਰਦੇ ਕਰਦੇ ਹਸਨ ਅਬਦਾਲ ਆਏ, ਵਿਚਕਾਰ ਰਸਤੇ ਚ ਡਿੰਗਾ ਰੁਕੇ, ਇੱਕ ਪਿੰਡ ਦਾ ਨਾਮ ਡਿੰਗਾ। ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਦੇਖਿਆ ਇੱਕ ਢੋਲੀ ਨਾ ਢੋਲ ਤੇ ਡਗਾ ਲਾ ਕੇ ਢੋਲ ਵਜਾ ਰਹੇ, ਡਗਾ ਲਾਇਆ ਢੋਲ ਤੇ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ। ਪ੍ਰਾਤਨ ਜ਼ਮਾਨੇ ਦੀ ਰੀਤ ਸੀ, ਜਦੋਂ ਕਿਤੇ ਲੋਕਾਂ ਨੂੰ ਇਕੱਠੇ ਕਰਨਾ ਹੁੰਦਾ ਸੀ, ਸਪੀਕਰ ਮਾਈਕ ਦਾ ਜ਼ਮਾਨਾ ਨਹੀਂ ਹੈ, ਤੇ ਢੋਲ ਵਜਾਇਆ ਜਾਂਦਾ ਸੀ ਤਾਂ ਕਿ ਢੋਲ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਜਾਣ, ਤੇ ਲੋਕ ਇਕੱਠੇ ਹੋ ਕੇ ਫਿਰ ਮੁਨਾਦੀ ਸੁਣ, ਜਿਹੜੀ ਵੀ ਅਪੀਲ ਉਹ ਸੁਣਨ ਢੋਲੀ ਦੀ। ਗੁਰੂ ਨਾਨਕ ਪਾਤਸ਼ਾਹ ਦੇਖ ਕੇ ਹੈਰਾਨ ਰਹਿ ਗਏ ਕਿ ਢੋਲੀ ਨੇ ਢੋਲ ਵਜਾਇਆ ਔਰ ਢੋਲ ਵਜਾਈ ਚਲਾ ਜਾ ਰਿਹਾ, ਕੋਈ ਵੀ ਨਹੀਂ ਆ ਰਿਹਾ, ਲੋਕ ਤੁਰੇ ਫਿਰਦੇ ਨੇ, ਕੰਮ ਕਾਰ ਕਰ ਰਹੇ ਨੇ, ਢੋਲੀ ਦੇ ਨੇੜੇ ਕੋਈ ਵੀ ਨਹੀਂ ਆਇਆ। ਗੁਰੂ ਨਾਨਕ ਪਾਤਸ਼ਾਹ ਨੇ ਜਾ ਕੇ ਪੁੱਛ ਲਿਆ ਵੀ ਵੀਰ ਕੀ ਗੱਲ ਹੈ, ਤੂੰ ਢੋਲ ਵਜਾ ਰਿਹਾ ਕੋਈ ਤੇਰੇ ਨੇੜੇ ਨਹੀਂ ਆ ਰਿਹਾ, ਤੂੰ ਕਿਹੜੀ ਚੀਜ਼ ਦੀ ਮੁਨਾਦੀ ਕਰਨੀ ਹੈ, ਕਿਹੜੀ ਚੀਜ਼ ਦੀ ਅਪੀਲ ਕਰਨੀ, ਤੂੰ ਕੋਈ ਹੋਕਾ ਦੇਣਾ? ਕਹਿੰਦਾ ਕਹਿੰਦੇ ਨਹੀਂ, ਹੋਕਾ ਕੋਈ ਨਹੀਂ ਦਿੰਦਾ, ਮੁਨਾਦੀ ਕੋਈ ਨਹੀਂ ਕਰਨੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਜੇ ਮੁਨਾਦੀ ਕੋਈ ਨਹੀਂ ਕਰਨੀ ਫਿਰ ਐਵੇਂ ਢੋਲ ਵਜਾਈ, ਕਾਰਨ ਕੀ ਹੈ? ਉਸ ਢੋਲੀ ਨੇ ਇਸ਼ਾਰਾ ਕੀਤਾ ਛੋਟੇ ਜਿਹੇ ਕਮਰੇ ਵੱਲ, ਕਹਿਣ ਲੱਗਾ ਇਸ ਕਮਰੇ ਚੋਂ ਪੌੜੀਆਂ ਜਾਂਦੀਆਂ ਨੇ ਥੱਲੇ ਧਰਤੀ ਦੇ ਅੰਦਰ, ਥੱਲੇ ਭੋਰਾ ਬਣਿਆ ਹੋਇਆ, ਇਸ ਭੋਰੇ ਵਿੱਚ ਇੱਕ ਜੋਗੀ ਦਾਖਲ ਹੋਇਆ ਤੇ ਉਹਨੇ 40 ਦਿਨ ਭੁੱਖੇ ਰਹਿਣਾ, 40 ਦਿਨ ਰੋਟੀ ਪਾਣੀ ਨਹੀਂ ਖਾਣੀ, ਚਲੀਆ ਕੱਟਣਾ ਉਹਨੇ ਭੁੱਖੇ ਰਹਿ ਕੇ। ਤੇ ਉਸ ਜੋਗੀ ਨੇ ਮੇਰੀ ਡਿਊਟੀ ਲਾਈ ਹੈ ਕਿ ਰੋਜ਼ ਮੈਂ ਉਹਦੇ ਇਸ ਭੋਰੇ ਦੇ ਦਰਵਾਜ਼ੇ ਦੇ ਬਾਹਰ ਖਲੋ ਕੇ ਢੋਲ ਵਜਾਵਾਂ ਤਾਂ ਕਿ ਲੋਕ ਉਹਨੂੰ ਭੁੱਲ ਨਾ ਜਾਣ ਵੀ ਕੋਈ ਬੈਠਾ ਹੈ, ਲੋਕਾਂ ਨੂੰ ਯਾਦ ਰਵੇ। ਤੇ 40 ਦਿਨ ਪੂਰੇ ਹੋਣ ਤੋਂ ਪਹਿਲਾਂ ਹੀ ਮੈਂ 5-7 ਦਿਨ ਪਹਿਲਾਂ ਕਹਿਣਾ ਸ਼ੁਰੂ ਕਰ ਦੇਣਾ ਵੀ ਅੱਜ 7 ਦਿਨ ਰਹਿ ਗਏ ਨੇ ਜੋਗੀ ਦੇ ਬਾਹਰ ਆਉਣ ਚ, ਅੱਜ 6 ਦਿਨ ਰਹਿ ਗਏ ਨੇ, ਅੱਜ 5 ਦਿਨ ਰਹਿ ਗਏ ਨੇ, ਮੈਂ ਰੋਜ਼ ਆਰਾਮ ਕਰਨਾ ਹੈ ਤਾਂ ਕਿ ਲੋਕ ਅਖੀਰਲੇ ਦਿਨ ਇਕੱਠੇ ਹੋਣ, ਜਦੋਂ ਜੋਗੀ ਬਾਹਰ ਆਵੇ ਉਹਦਾ ਮਾਣ ਸਤਿਕਾਰ ਹੋਵੇ, ਉਹਦੀ ਇੱਜ਼ਤ ਹੋਵੇ, ਉਹਦੇ ਗਲ ਚ ਫੁੱਲਾਂ ਦੇ ਹਾਰ ਪੈਣ, ਲੋਕ ਉਹਨੂੰ ਮੱਥਾ ਟੇਕਣਗੇ, ਉਹਦੀ ਪੂਜਾ ਮਾਨਤਾ ਹੋਏਗੀ। ਮੇਰਾ ਕੰਮ ਹੈ ਰੋਜ਼ ਢੋਲ ਵਜਾ ਕੇ ਲੋਕਾਂ ਨੂੰ ਸਿਰਫ ਯਾਦ ਦਿਵਾਉਣਾ ਕਿ ਅੰਦਰ ਜੋਗੀ ਬੈਠਾ ਹੋਇਆ, ਲੋਕ ਭੁੱਲ ਨਾ ਜਾਣ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਅੱਛਾ ਇਹ ਦੱਸ ਵੀ ਤੇਰੀ ਉਸ ਜੋਗੀ ਨਾਲ ਕੋਈ ਸ਼ਰਧਾ ਜੁੜੀ ਹੋਈ ਹੈ? ਕਹਿੰਦੇ ਜੀ ਮੇਰੀ ਕੋਈ ਸ਼ਰਧਾ ਨਹੀਂ ਹੈ, ਮੇਰਾ ਤੇ ਪੈਸਿਆਂ ਨਾਲ ਮਤਲਬ ਹੈ, ਜੋਗੀ ਪੈਸੇ ਦਿੰਦਾ ਮੈਨੂੰ ਢੋਲ ਵਜਾਉਣ ਦੇ, ਮੈਂ ਢੋਲ ਵਜਾ ਲੈਂਦਾ। ਸਤਿਗੁਰੂ ਕਹਿਣ ਲੱਗੇ ਜੇ ਤੇਰੀ ਸ਼ਰਧਾ ਨਹੀਂ ਜੁੜੀ, ਜੋਗੀ ਤੈਨੂੰ ਢੋਲ ਵਜਾਉਣ ਦੇ ਪੈਸੇ ਦਿੰਦਾ ਹੈ, ਅਸੀਂ ਤੋਂ ਤੈਨੂੰ ਦੁੱਗਣੇ ਪੈਸੇ ਦਿੰਦੇ ਹਾਂ ਢੋਲ ਬੰਦ ਕਰਨ ਦੀ, ਕਰ ਦੇਗਾ ਬੰਦ? ਕਹਿੰਦਾ ਜੀ ਕਿਉਂ ਨਹੀਂ, ਮੇਰਾ ਸੰਬੰਧ ਪੈਸੇ ਨਾਲ ਹੈ।
ਭਾਵੇਂ ਢੋਲ ਵਜਵਾਉਣ ਦੇ ਪੈਸੇ ਦੇ ਦਿਓ, ਭਾਵੇਂ ਬੰਦ ਕਰਾਉਣ ਦੇ ਦੇ ਦਿਓ। ਸਤਿਗੁਰੂ ਕਹਿਣ ਲੱਗਿਆ ਲੱਫੜ ਮਾਇਆ, ਅੱਜ ਤੋਂ ਬਾਅਦ ਢੋਲ ਨਾ ਇੱਥੇ ਆ ਕੇ ਮਿਲਾਈ, ਆਪਣਾ ਘਰ ਦੱਸ ਦੇ, ਜਿੱਦਣ ਲੋੜ ਪਈ ਤੈਨੂੰ ਆਪੇ ਬੁਲਾ ਲਵਾਂਗੇ ਅਸੀਂ। ਕਹਿਣ ਲੱਗਾ ਸਤਿਵਚਨ ਸਤਿਗੁਰੂ। ਸਤਿਗੁਰੂ ਨੇ ਪੁੱਛ ਲਿਆ ਕਿ 40 ਬੰਦੇ ਨੇ ਕਦੋਂ ਆਏ? ਕਹਿਣ ਲੱਗਾ ਅੱਜ ਇੰਨੇ ਦਿਨ ਹੋ ਗਏ ਨੇ, ਇੰਨੇ ਦਿਨ ਬਾਕੀ ਨੇ। ਸਤਿਗੁਰੂ ਕਹਿਣ ਲੱਗੇ ਬਸ 40ਵੇਂ ਦਿਨ ਤਿਆਰ ਰਹੀ, ਲੋੜ ਪਈ ਤੈਨੂੰ ਬੁਲਾ ਲਵਾਂਗੇ। ਕਹਿਣ ਲੱਗਾ ਸਤਿਵਚਨ, ਢੋਲ ਬੰਦ ਕਰਕੇ ਚਲਾ ਗਿਆ। ਜਦੋਂ 40ਵਾਂ ਦਿਨ ਨੇੜੇ ਆਇਆ, 40ਵੇਂ ਦਿਨ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਉਸ ਭੋਰੇ ਤੋਂ ਦੂਰ ਖਲੋ ਕੇ ਦੇਖਦੇ ਨੇ ਜਿਸ ਕਮਰੇ ਦੀਆਂ ਪੌੜੀਆਂ ਭੋਰੇ ਚ ਉਤਰਦੀਆਂ ਨੇ। ਦੂਰ ਖਲੋ ਕੇ ਦੇਖਦੇ ਨੇ, ਲੋਕ ਆਪੋ ਆਪਣੇ ਕੰਮਾਂ ਚ ਬਿਜ਼ੀ ਨੇ, ਰੁੱਝੇ ਹੋਏ ਨੇ, ਕਿਸੇ ਨੂੰ ਚਿੱਤ ਚਿੱਤਾਂ ਨੀ, ਖਿਆਲ ਹੀ ਨਹੀਂ। ਲੋਕ ਭੁੱਲ ਭੁਲਾ ਗਏ ਨੇ ਵੀ ਜੋਗੀ ਵੀ ਬੈਠਾ ਹੋਇਆ, ਉਹਦੇ 40 ਦਿਨ ਕਦੋਂ ਪੂਰੇ ਹੋਣੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਦੇਖਿਆ ਕਿ ਜੋਗੀ ਨੇ ਦਰਵਾਜ਼ਾ ਖੋਲਿਆ। ਹੁਣ ਅੰਦਰ ਬੈਠਾ ਜੋਗੀ ਸੋਚਦਾ ਸੀ ਵੀ ਜਦੋਂ ਮੈਂ ਬਾਹਰ ਨਿਕਲਾਂਗਾ ਬੜਾ ਇਕੱਠ ਹੋਏਗਾ, ਬੜੀ ਦੁਨੀਆ ਹੋਏਗੀ, ਬਹੁਤ ਲੋਕ ਆ ਕੇ ਮੇਰੀ ਪੂਜਾ ਮਾਨਤਾ ਕਰਨਗੇ, ਸ਼ਹਿਰ ਦਾ ਹਾਕਮ ਮੇਰੇ ਗਲ ਚ ਫੁੱਲਾਂ ਦੀ ਹਾਰ ਪਾਏਗਾ, ਫੁੱਲਾਂ ਦੀ ਮਾਲਾ ਪਾਏਗਾ, ਅਨੇਕਾਂ ਹੋਰ ਛੋਟੇ ਮੋਟੇ ਜੋਗੀ ਮੇਰੇ ਤੇ ਫੁੱਲਾਂ ਦੀ ਵਰਖਾ ਕਰਨਗੇ, ਆਲੇ ਦੁਆਲੇ ਸ਼ਹਿਰਾਂ ਦੇ ਵੱਡੇ ਜੋਗੀ ਆ ਕੇ ਮੈਨੂੰ ਮੱਥੇ ਟੇਕਣਗੇ। 40 ਦਿਨ ਭੁੱਖੇ ਰਿਹਾ, ਚਿੜੀਆਂ ਕੱਟੇ, ਉਹ ਆ ਕੇ ਮੈਨੂੰ ਮੱਥੇ ਟੇਕਣਗੇ, ਕਿੱਡੀ ਪੂਜਾ ਮਾਨਤਾ ਹੋਏਗੀ, ਲੋਕ ਧਨ ਦੌਲਤ ਭੇਟਾ ਕਰਨਗੇ, ਲੋਕ ਜ਼ਮੀਨ ਕੀਮਤੀ ਚੀਜ਼ਾਂ ਮੇਰੇ ਅੱਗੇ ਭੇਟਾ ਕਰਨਗੇ, ਸੋਨਾ ਚਾਂਦੀ ਹੀਰੇ ਮੋਤੀ ਰੇਸ਼ਮੀ ਵਸਤਰ ਭੇਟਾ ਕਰਨਗੇ, ਕਿੱਡੀ ਪੂਜਾ ਮਾਨਤਾ ਹੋਏਗੀ ਮੇਰੀ। ਜੋਗੀ ਜਦੋਂ ਬਾਹਰ ਨਿਕਲਿਆ, ਦੇਖਿਆ ਵੀ ਕੋਈ ਵੀ ਨਹੀਂ ਆਲੇ ਦੁਆਲੇ, ਕੋਈ ਮੇਰੇ ਗੱਲ ਚ ਫੁੱਲਾਂ ਦਾ ਹਾਰ ਨਹੀਂ ਪਾਉਣ ਆਇਆ, ਕੋਈ ਵਰਖਾ ਨਹੀਂ, ਕੋਈ ਹਾਕਮ ਨਹੀਂ ਸ਼ਹਿਰ ਦਾ, ਕੋਈ ਜੋਗੀ ਨਹੀਂ ਇਕੱਠੇ ਹੋਏ, ਕੋਈ ਲੋਕ ਨਹੀਂ ਇਕੱਠੇ ਹੋਏ ਮੈਨੂੰ ਮੱਥਾ ਟੇਕਣ ਵਾਸਤੇ, ਐਵੇਂ 40 ਦਿਨ ਵਿਅਰਥ ਗਏ ਮੇਰੇ। ਦੇਖਿਆ ਆਲੇ ਦੁਆਲੇ ਕੋਈ ਵੀ ਨਹੀਂ, ਉੱਥੇ ਵੀ ਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ, ਗਸ਼ ਪੈ ਗਈ, ਭੁੱਖਾ ਵੀ ਸੀ 40 ਦਿਨ ਦਾ, ਅੱਗੋਂ ਸਤਿਕਾਰ ਮਾਣ ਵੀ ਨਾ ਮਿਲਿਆ, ਜ਼ਮੀਨ ਤੇ ਡਿੱਗ ਪਿਆ। ਜਦੋਂ ਡਿੱਗਿਆ, ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆਂ ਹੁਣ ਬੁਲਾ ਕੇ ਲਿਆ ਢੋਲੀ। ਭਾਈ ਮਰਦਾਨਾ ਜੀ ਢੋਲੀ ਨੂੰ ਬੁਲਾ ਕੇ ਲੈ ਕੇ ਆਏ, ਢੋਲੀ ਆਇਆ, ਢੋਲੀ ਨੇ ਆ ਕੇ ਜੋਗੀ ਦੇ ਕੋਲ ਖਲੋ ਕੇ ਢੋਲ ਵਜਾਇਆ, ਢੋਲ ਤੇ ਡਗਾ ਲਾਇਆ। ਜਦੋਂ ਢੋਲ ਵੱਜਣਾ ਸ਼ੁਰੂ ਹੋਇਆ, ਲੋਕਾਂ ਨੂੰ ਇੱਕੋ ਦਮ ਖਿਆਲ ਆਇਆ ਵੀ ਅੱਜ ਤੇ 40ਵੇਂ ਦਿਨ ਸੀ, ਅੱਜ ਤੇ ਜੋਗੀ ਨੇ ਬਾਹਰ ਨਿਕਲਣਾ, ਲੋਕ ਇੱਕੋ ਦਮ ਧੜਾ ਧੜ ਇਕੱਠੇ ਹੋਣੇ ਸ਼ੁਰੂ ਹੋ ਗਏ, ਲੋਕ ਇਕੱਠੇ ਹੋਏ, ਰਸ਼ ਪੈਣਾ ਸ਼ੁਰੂ ਹੋਇਆ, ਰੌਲਾ ਸ਼ੋਰਾ ਸ਼ੁਰੂ ਹੋਇਆ। ਇੱਧਰ ਢੋਲ ਵੱਜਦਾ, ਆਵਾਜ਼ ਸੁਣੀ, ਜੋਗੀ ਨੇ ਅੱਖਾਂ ਖੋਲੀਆਂ, ਦੇਖਿਆ ਵੀ ਆਲੇ ਦੁਆਲੇ ਲੋਕ ਬੜੇ ਖੜੇ ਨੇ, ਇੱਕੋ ਦਮ ਉੱਠ ਕੇ ਖੜਾ ਹੋ ਗਿਆ, ਉੱਠ ਖਲੋਤਾ, ਲੋਕਾਂ ਨੇ ਗਲ ਫੁੱਲਾਂ ਦੇ ਹਾਰ ਪਾਏ, ਲੋਕਾਂ ਨੇ ਪੂਜਾ ਮਾਨਤਾ ਕੀਤੀ, ਲੋਕ ਮੱਥੇ ਟੇਕਣ ਲੱਗ ਪਏ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਵੀ ਇਸ ਜੋਗੀ ਨੂੰ ਮੱਥੇ ਕਿਉਂ ਟੇਕ ਰਹੇ ਹੋ, ਕੀ ਕਾਰਨ ਹੈ? ਲੋਕ ਆਖਦੇ ਨੇ ਵੀ ਇਹ ਜਿਹੜਾ ਜੋਗੀ ਹੈ ਨਾ, ਇਹਨੇ ਚਲੀਆ ਕੱਟਿਆ, 40 ਦਿਨ ਭੁੱਖਾ ਰਿਹਾ ਭੋਰੇ ਦੇ ਵਿੱਚ, ਇਹਨੇ ਕੁਝ ਖਾਧਾ ਨਹੀਂ ਹੈ। ਸਤਿਗੁਰੂ ਕਹਿੰਦੇ ਅਸੀਂ ਨਹੀਂ ਮੰਨਦੇ ਵੀ 40 ਦਿਨ ਬਗੈਰ ਰੋਟੀ ਪਾਣੀ ਤੋਂ ਵੀ ਰਹਿ ਜਾਓ, ਅਸੀਂ ਨਹੀਂ ਮੰਨਦੇ ਬਗੈਰ ਖਾਧੇ ਪੀਤੇ 40 ਦਿਨ ਵੀ ਰਹਿ ਸਕਦੇ। ਲੋਕ ਆਖਦੇ ਨਹੀਂ ਸਤਿਗੁਰੂ, ਪਹਿਲੇ ਦਿਨ ਅਸੀਂ ਆਪ ਵਾੜਿਆ ਨੂੰ ਭੋਰੇ ਦੇ ਵਿੱਚ, ਤੇ ਭੋਰਾ ਖਾਲੀ ਸੀ, ਬਿਲਕੁਲ ਭੋਰੇ ਚ ਕੁਝ ਨਹੀਂ ਸੀ ਖਾਲੀ, ਅਸੀਂ ਆਪ ਹੀ ਭੋਰੇ ਚ ਵਾੜੇ ਔਰ 40 ਦਿਨ ਭੋਰੇ ਚ ਭੁੱਖਾ ਪਿਆਸਾ ਹੀ ਰਿਹਾ, ਕੁਛ ਨਹੀਂ ਇਹਨੇ ਖਾਧਾ। ਸਤਿਗੁਰੂ ਕਹਿਣ ਲੱਗੇ ਹੋ ਨਹੀਂ ਸਕਦਾ, ਬਗੈਰ ਕੁਝ ਖਾਧੇ ਪੀਤੇ ਕੋਈ ਜਿਉਂਦਾ ਨਹੀਂ ਰਹਿ ਸਕਦਾ। ਜੋਗੀ ਵੀ ਹੱਥ ਮਾਰ ਕੇ ਛਾਤੀ ਤੇ ਆਖਦਾ, ਨਹੀਂ ਹੈ ਫਕੀਰ, ਮੈਂ 40 ਦਿਨ ਭੁੱਖਾ ਰਿਹਾ, ਕੁਛ ਨਹੀਂ ਖਾਧਾ, ਪਾਣੀ ਵੀ ਨਹੀਂ ਪੀਤਾ, ਅੰਨ ਦਾ ਦਾਣਾ ਨਹੀਂ ਮੂੰਹ ਨੂੰ ਲਾਇਆ, ਮੈਂ 40 ਦਿਨ ਕੁਝ ਨਹੀਂ ਖਾਧਾ, ਚਲੀਆ ਕੱਟ ਕੇ ਆਇਆ। ਸਤਿਗੁਰੂ ਕਹਿਣ ਲੱਗੇ ਅਸੀਂ ਨਹੀਂ ਮੰਨਦੇ, ਬਿਨਾਂ ਖਾਧੇ ਪੀਤੇ ਕੋਈ ਰਹਿ ਨਹੀਂ ਸਕਦਾ। ਕਹਿਣ ਲੱਗਾ ਦੱਸੋ ਫਿਰ ਮੈਂ ਕੀ ਖਾਂਦਾ ਰਿਹਾ ਅੰਦਰ ਬਹਿ ਕੇ? ਸਤਿਗੁਰੂ ਕਹਿਣ ਲੱਗੇ, ਹੇ ਜੋਗੀ, ਤੂੰ ਅੰਦਰ ਬਹਿ ਕੇ ਹੰਕਾਰ ਦੀ ਖੁਰਾਕ ਖਾਂਦਾ ਰਿਹਾ, ਤੂੰ ਹਮਾ ਦਾ ਭੋਜਨ ਕਰਦਾ ਰਿਹਾ, ਰੋਜ਼ ਅੰਦਰ ਬੈਠ ਕੇ ਸੋਚਦਾ ਰਿਹਾ ਮੈਂ ਬਾਹਰ ਨਿਕਲਾਂਗਾ ਲੋਕ ਮੱਥਾ ਟੇਕਣਗੇ, ਮੈਂ ਬਾਹਰ ਨਿਕਲਾਂਗਾ ਲੋਕ ਫੁੱਲਾਂ ਦੇ ਹਾਰ ਮੇਰੇ ਗਲ ਪਾਉਣਗੇ, ਮੈਂ ਬਾਹਰ ਨਿਕਲਾਂਗਾ ਵੱਡੇ ਵੱਡੇ ਜੋਗੀ ਮੱਥੇ ਟੇਕਣਗੇ, ਹਾਕਮ ਮੱਥਾ ਟੇਕੇਗਾ, ਮੈਂ ਬਾਹਰ ਨਿਕਲਾਂਗਾ ਮੇਰੇ ਤੇ ਫੁੱਲਾਂ ਦੀ ਵਰਖਾ ਹੋਏਗੀ। ਤੂੰ ਰੋਜ਼ ਸੋਚਦਾ ਰਿਹਾ ਮਨ ਵਿੱਚ, ਹੋਮੇ ਦੀ ਖੁਰਾਕ ਖਾਂਦਾ ਰਿਹਾ, ਹੋਮੇ ਦਾ ਭੋਜਨ ਖਾਂਦਾ ਰਿਹਾ, ਇਸੇ ਹੋਮੇ ਕਰਕੇ ਤੂੰ ਜਿਉਂਦਾ ਰਿਹਾ, ਹੋਮੇ ਕਰਕੇ ਤੂੰ ਜਿਉਂਦਾ ਰਿਹਾ ਵੀ ਬਾਹਰ ਨਿਕਲਾਂਗਾ, ਪੂਜਾ ਮਾਨਤਾ ਹੋਏਗੀ, ਲੋਕ ਮੱਥੇ ਟੇਕਣਗੇ। ਪਰ ਜਦੋਂ ਤੂੰ ਆਪ ਦੇਖ, ਜਦੋਂ ਬਾਹਰ ਨਿਕਲਿਆ, ਤੇਰੀ ਹੋਮੇ ਨੂੰ ਤੈਨੂੰ ਹੋਮੇ ਦੀ ਖੁਰਾਕ ਨਹੀਂ ਮਿਲੀ, ਕੋਈ ਤੈਨੂੰ ਮੱਥਾ ਟੇਕਣ ਨਹੀਂ ਆਇਆ, ਕੋਈ ਫੁੱਲਾਂ ਦੇ ਹਾਰ ਪਾਉਣ ਨਹੀਂ ਆਇਆ, ਤੂੰ ਵੀ ਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਜਦੋਂ ਤੇਰੇ ਆਲੇ ਦੁਆਲੇ ਢੋਲ ਵੱਜੇ, ਲੋਕ ਇਕੱਠੇ ਹੋਏ, ਤੂੰ ਫਿਰ ਉੱਠ ਕੇ ਬਹਿ ਗਿਆ, ਇਹ ਦੇਖ ਜਦੋਂ ਤੈਨੂੰ ਹੋਮੇ ਦੀ ਖੁਰਾਕ ਨਹੀਂ ਮਿਲੀ, ਤੂੰ ਬੇਹੋਸ਼ ਹੋ ਗਿਆ, ਜਦੋਂ ਹੋਮੇ ਦੀ ਫਿਰ ਖੁਰਾਕ ਮਿਲ ਗਈ, ਹੋਮੇ ਦੇ ਪੱਠੇ ਪਏ, ਤੂੰ ਫਿਰ ਉੱਠ ਕੇ ਖੜਾ ਹੋ ਗਿਆ।
ਲੱਗੀ ਹੋਮੇ ਨੇ ਤੇ ਹੋਰ ਕੀ ਹੈ ਇਹ ਜੋਗੀ ਇਸ ਹੋਮੇ ਦੇ ਕਰਕੇ ਤੂੰ 40 ਦਿਨ ਜ਼ਿੰਦਗੀ ਦੀ ਵਿਅਰਥ ਗਵਾਈ ਅੰਦਰ ਬਹਿ ਕੇ ਇਹੀ 40 ਦਿਨ ਸਮਾਜ ਦੀ ਸੇਵਾ ਕਰ ਲੰਗਾ ਇਹੀ 40 ਦਿਨ ਹੱਥਾਂ ਨਾਲ ਕਿਰਤਕਾਰ ਕਰਦਾ ਜ਼ਬਾਨ ਨਾਲ ਰੱਬ ਦਾ ਸ਼ੁਕਰ ਕਰੀ ਜਾਂਦਾ ਇਹੀ 40 ਦਿਨ ਸਮਾਜ ਦੀ ਸੇਵਾ ਕਰਦਾ ਹੱਥਾਂ ਨਾਲ ਸਮਾਜ ਦੀ ਸੇਵਾ ਕਰਦਾ ਜ਼ਬਾਨ ਤੋਂ ਰੱਬ ਦਾ ਸ਼ੁਕਰਾਨਾ ਕਰਦਾ ਉਹਦਾ ਨਾਮ ਜਪਦਾ ਤੇਰੇ 40 ਦਿਨ ਸਫਲ ਹੋ ਜਾਣੇ ਸੀ ਤੂੰ 40 ਦਿਨ ਵੀ ਜ਼ਿੰਦਗੀ ਦੇ ਵਿਅਰਥ ਕੀਤੇ ਕੰਮ ਵੀ ਕੋਈ ਨਹੀਂ ਕੀਤਾ ਰੱਬ ਦਾ ਸ਼ੁਕਰ ਵੀ ਨਹੀਂ ਕੀਤਾ ਸਿਰਫ ਭੁੱਖਾ ਰਿਹਾ ਭੁੱਖਾ ਵੀ ਕਾਹਨੂੰ ਰਿਹਾ ਹੋਮੇ ਦੀ ਖੁਰਾਕ ਖਾਂਦਾ ਰਿਹਾ ਉਹ ਜੋਗੀ ਜ਼ਿੰਦਗੀ ਦੇ 40 ਦਿਨ ਵਿਅਰਥ ਗਵਾ ਬੈਠਾ ਤੂੰ ਹੋਰ ਭਾਵੇਂ ਕਿਸੇ ਦਿਨ ਥੋੜਾ ਬਹੁਤਾ ਕੰਮ ਕਰਦਾ ਹੋਵੇ ਇਹ 40 ਦਿਨ ਤੇਰੇ ਬਿਲਕੁਲ ਹੀ ਵਿਅਰਥ ਗਏ ਕੰਮ ਗਿਆ ਜੋਗੀ ਕਹਿਣ ਲੱਗਾ ਸਤਿਗੁਰੂ ਅੱਛਾ 40 ਦਿਨ ਵਿਅਰਥ ਗਏ ਸੱਚਮੁੱਚ ਅੰਦਰ ਵਿਹਲਾ ਹੀ ਬੈਠਾ ਰਿਹਾ ਕੀ ਕਰਦਾ ਸਤਿਗੁਰੂ ਸਤਿਗੁਰੂ ਕਹਿਣ ਲੱਗੇ ਇਸ ਤਰ੍ਹਾਂ ਕਰ ਤੂੰ ਗ੍ਰਸਤੀ ਹੋ ਦਸਾਂ ਨਵਾਂ ਦੀ ਕਿਰਤ ਕਰ ਗਰੀਬ ਲੋੜਵੰਦ ਨੂੰ ਵੰਡ ਕੇ ਛੱਕ ਤੇਰਾ ਜੀਵਨ ਸਫਲ ਹੋ ਜਾਏ ਫਿਰ ਮੰਨਾ ਕਿ ਤੂੰ ਆਪਣਾ ਜੀਵਨ ਸਫਲ ਕਰਕੇ ਗਿਆ ਤੂੰ ਤੇ ਧਰਤੀ ਤੇ ਵਾਧੂ ਬੋਝ ਬਣਿਆ ਹੋਇਆ ਜਿਹੜਾ ਆਪਣੇ ਹੀ ਦੋ ਪ੍ਰਸ਼ਾਦੀ ਨਹੀਂ ਕਮਾ ਸਕਦਾ ਉਹ ਦੁਨੀਆਂ ਨੂੰ ਕੀ ਦੇ ਕੇ ਜਾਏਗਾ ਤੂੰ ਤੇ ਆਪ ਮੁਹਤਾਜ ਹੈ ਲੋਕਾਂ ਦਾ ਤੂੰ ਦਸਾਂ ਨਵਾਂ ਦੀ ਕਿਰਤ ਕਰ ਆਪਣੇ ਬਜ਼ੁਰਗ ਮਾਂ ਪਿਓ ਦੀ ਸੇਵਾ ਕਰ ਆਪਣੇ ਪਰਿਵਾਰ ਬੱਚਿਆਂ ਨੂੰ ਸੰਭਾਲ ਗ੍ਰਸਤੀ ਹੋ ਕਿਰਤੀ ਹੋ ਵੰਡ ਕੇ ਛੱਕ ਤਾਂ ਕਿ ਧਰਤੀ ਤੇ ਤੂੰ ਵੱਧ ਭਾਰ ਨਾ ਹੋਵੇ ਸਮਾਜ ਦੀ ਸੇਵਾ ਵੀ ਕਰੇ ਰੱਬ ਦਾ ਸ਼ੁਕਰ ਵੀ ਕਰੇ ਤੇਰਾ ਜੀਵਨ ਸਫਲ ਹੋ ਜਾਏ ਆਹ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ ਗਿਆਨ ਵੀ ਹੋਣਾ ਗਾਵੇ ਗੀਤ ਭੁੱਖੇ ਮੁੱਲਾਂ ਘਰੇ ਮਸੀਤ ਮੈਂ ਖੱਟੂ ਹੋਏ ਕਿਆ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂੰਹ ਨਾ ਲੱਗੀਏ ਪਾਏ ਕਹਿ ਲੱਗੇ ਜਿਹੜਾ ਗੁਰੂ ਪੀਰ ਵੀ ਖਵਾਉਂਦਾ ਹੋਵੇ ਮੰਗਦਾ ਫਿਰਦਾ ਹੋਵੇ ਥਾਂ ਥਾਂ ਤੂੰ ਜਾ ਕੇ ਸਿੱਖਾਂ ਉਹਦੇ ਪੈਰੀ ਭੁੱਲ ਕੇ ਵੀ ਨਾ ਪੈ ਜਾਏ ਉਹ ਤੇ ਆਪ ਧਰਤੀ ਤੇ ਬੋਝ ਹੈ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂੰਹ ਨਾ ਲੱਗੀਏ ਪਾਏ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਜਿਹੜਾ ਘਰ ਨਾਲ ਕਮਾਈ ਕਰਦਾ ਹੈ ਹੱਥੋਂ ਵੰਡ ਕੇ ਛਕਦਾ ਹੈ ਉਹ ਜ਼ਿੰਦਗੀ ਦੇ ਅਸਲੀ ਰਾਹ ਨੂੰ ਪਛਾਣਦਾ ਇਹੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਸੱਚੇ ਸੌਦੇ ਵੇਲੇ ਕੀਤੀ ਸੀ ਸੱਚੇ ਸੌਦੇ ਦਾ ਅਰਥ ਨਹੀਂ ਕਿ ਉਹਨਾਂ ਭੁੱਖੇ ਸਾਧਵਾਂ ਨੂੰ 20 ਰੁਪਏ ਦਾ ਲੰਗਰ ਛਕਾ ਕੇ ਆ ਗਏ ਪਿਤਾ ਜੀ ਆਖਦੇ ਨੇ ਕੀ ਕੀਤਾ ਕਹਿਣ ਲੱਗੇ ਸੱਚਾ ਸੌਦਾ ਜੇ ਭੁੱਖੇ ਸਾਧਵਾਂ ਨੂੰ ਪ੍ਰਸ਼ਾਦੇ ਛਕਾਉਣਾ ਸੱਚਾ ਸੌਦਾ ਹੋਵੇ ਤੇ ਗੁਰੂ ਨਾਨਕ ਸਾਹਿਬ ਨੇ ਕੋਈ ਨਵਾਂ ਕੰਮ ਨਹੀਂ ਸੀ ਕੀਤਾ ਹਜ਼ਾਰਾਂ ਲੋਕ ਉਹਨਾਂ ਸਾਧਵਾਂ ਨੂੰ ਖਵਾਉਂਦੇ ਹੀ ਆਏ ਨੇ ਬਲਕਿ ਸਾਧ ਪਲਦੇ ਹੀ ਗ੍ਰਸਤੀਆਂ ਦੇ ਸਿਰ ਤੇ ਰਹੇ ਨੇ ਫਿਰ ਤਾਂ ਕੋਈ ਨਵੀਂ ਗੱਲ ਨਹੀਂ ਹੈ ਜੇ ਗੁਰੂ ਨਾਨਕ ਪਾਤਸ਼ਾਹ ਨੇ ਭੁੱਖੇ ਸਾਧਵਾਂ ਨੂੰ ਲੰਗਰ ਛਕਾਇਆ ਸੱਚਾ ਸੌਦਾ ਹੈ ਤੇ ਇਹਦਾ ਮਤਲਬ ਗੁਰੂ ਨਾਨਕ ਸਾਹਿਬ ਨੇ ਮਾਨਤਾ ਦੇ ਦਿੱਤੀ ਕਿ ਜਿਹੜੇ ਘਰ ਬਾਰ ਛੱਡ ਕੇ ਭਗੌੜੇ ਹੋਣ ਉਹਨਾਂ ਦੀ ਸੇਵਾ ਕਰਿਆ ਕਰੋ ਤੇ ਜੇ ਉਹਨਾਂ ਦਾ ਧਰਮ ਏਡਾ ਹੀ ਚੰਗਾ ਸਾਰੀ ਦੁਨੀਆ ਜੋਗ ਮਤ ਧਾਰਨ ਕਰ ਲਵੇ ਫਿਰ ਸੰਸਾਰ ਦੀ ਰੀਤ ਰੁਕ ਜਾਏਗੀ ਕੰਮ ਕਾਰ ਰੁਕ ਜਾਏਗਾ ਫਸਲਾਂ ਪੈਦਾ ਹੋਣੀਆਂ ਬੰਦ ਹੋ ਜਾਣਗੀਆਂ ਕਿਰਤ ਬੰਦ ਹੋ ਜਾਏਗੀ ਇੱਥੋਂ ਤੱਕ ਅੱਗੋਂ ਮਲਾਦ ਬੰਦ ਹੋ ਜਾਏਗੀ ਤੇ ਬਹੁਤਾ ਸਮਾਂ ਫਿਰ ਦੁਨੀਆ ਨਹੀਂ ਚੱਲੇਗੀ ਤੇ ਗੁਰੂ ਨਾਨਕ ਪਾਤਸ਼ਾਹ ਦਾ ਲੰਗਰ ਉਹਨਾਂ ਜੋਗੀਆਂ ਸਾਧਾਂ ਵਾਸਤੇ ਨਹੀਂ ਹੈ ਮਨੁੱਖਤਾ ਵਾਸਤੇ ਹਰ ਮਨੁੱਖ ਵਾਸਤੇ ਸੱਚਾ ਸੌਦਾ ਕੀ ਸੀ ਗੁਰਬਾਣੀ ਨੇ ਬਚਨ ਕੀਤਾ ਸੱਚਾ ਸੌਦਾ ਹਰ ਨਾਮ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਨਾਮ ਹੈ ਸੱਚਾ ਸੌਦਾ ਗੁਰੂ ਨੇ ਆਹ ਸੱਚਾ ਸੌਦਾ ਕੀਤਾ ਜਦੋਂ ਲੰਗਰ ਬਣਾਇਆ ਪੰਗਤਾਂ ਚ ਬਿਠਾਇਆ ਆਮ ਲੋਕਾਂ ਨੂੰ ਬੱਚੇ ਬੈਠੇ ਬਿਰਧ ਬੈਠੇ ਜਵਾਨ ਬੈਠੇ ਇਸਤਰੀ ਪੁਰਖ ਬੈਠੇ ਰਾਹੀ ਗੀਰ ਮੁਸਾਫਿਰ ਲੋੜਵੰਦ ਸਾਰੇ ਪੰਗਤਾਂ ਚ ਬੈਠੇ ਜਦੋਂ ਸਬਜ਼ੀਆਂ ਨੂੰ ਤੜਕੇ ਛੜਕੇ ਲੱਗੇ ਲੰਗਰ ਵਰਤਣਾ ਸ਼ੁਰੂ ਹੋਇਆ ਤੇ ਸਾਧਾਂ ਦੇ ਨੱਕਾਂ ਚ ਤੜਕਿਆਂ ਦੀ ਖੁਸ਼ਬੂ ਗਈ ਅੰਦਰ ਜੂਠ ਝੂਠਕਾਣੇ ਦੀ ਜੂਠ ਚ ਬੈਠੇ ਸਨ ਕੋਈ ਪੁੱਠਾ ਲੜਕਿਆ ਹੋਇਆ ਸੀ ਕੋਈ ਧੂਣੀ ਚ ਪਾ ਕੇ ਸਰੀਰ ਨੂੰ ਸਾੜ ਰਿਹਾ ਸੀ ਕੋਈ ਕੰਡਿਆਂ ਦੇ ਉੱਪਰ ਬੈਠਾ ਸੀ ਕੋਈ ਭੁੱਖਾ ਕੋਈ ਤਪ ਕਰ ਰਿਹਾ ਕੋਈ ਸਰੀਰ ਨੂੰ ਕਸ਼ਟ ਦੇ ਰਿਹਾ ਜਦੋਂ ਤੜਕਿਆਂ ਦੀਆਂ ਖੁਸ਼ਬੂਆਂ ਨੱਕਾਂ ਚ ਗਈਆਂ ਸੋਚਿਆ ਵੀ ਕਿਸੇ ਗ੍ਰਸਤੀ ਨੇ ਲੰਗਰ ਤਿਆਰ ਕੀਤਾ ਮੰਗ ਲਿਆ ਜੀ ਬਾਹਰ ਨਿਕਲ ਕੇ ਕੀ ਦੇਖਿਆ ਤੇ ਲਾਈਨਾਂ ਲੱਗੀਆਂ ਹੋਈਆਂ ਹੈ ਬੇਮੌਸਮਾਂ ਭੰਡਾਰਾ ਕਿਹਨੇ ਕੀਤੇ ਕੋਈ ਨਾ ਦਿਨ ਨਾ ਤਿਉਹਾਰ ਪੁੱਛ ਲਿਆ ਵੀ ਇਹ ਭੰਡਾਰਾ ਕਿਹਨੇ ਲਾਇਆ ਕਿਸੇ ਨੇ ਕਿਹਾ ਵੀ ਉਹ ਜਿਹੜਾ ਮਹਿਤਾ ਕਲਿਆਣ ਦਾਸ ਪਟਵਾਰੀ ਹੈ ਨਾ ਉਹਦੇ ਪੁੱਤਰ ਨੇ ਲਾਇਆ ਭੰਡਾਰਾ ਉਹਦੇ ਪੁੱਤਰ ਨੇ ਲੰਗਰ ਲਾਇਆ ਗੁਰੂ ਨਾਨਕ ਪਾਤਸ਼ਾਹ ਨੂੰ ਪਤਾ ਸੀ ਇੱਥੇ ਝੂਠਕਾਣੀ ਦੀ ਜੂਠ ਚ ਬੜੇ ਬੈਠੇ ਨੇ ਬਾਹਰ ਨਿਕਲਣਗੇ ਨਿਕਲਣਗੇ ਜਾਣ ਕੇ ਉੱਥੇ ਜਾ ਕੇ ਲੰਗਰ ਲਾਇਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਹਰ ਕੰਮ ਕੌਤਕੀ ਢੰਗ ਨਾਲ ਕੀਤਾ ਇੱਕ ਤੇ ਆਪਣੀ ਗੱਲ ਕਹਿਣ ਵਾਸਤੇ ਲੋਕ ਇਕੱਠੇ ਨਹੀਂ ਕਰਨੇ ਪਏ ਜਿੱਥੇ ਇਕੱਠੇ ਸਨ ਉੱਥੇ ਆਪ ਚਲੇ ਗਏ ਚਾਹੇ ਹਰਿਦੁਆਰ ਦਾ ਮੇਲਾ ਚਾਹੇ ਕੁਰੂਕਸ਼ੇਤਰ ਸੂਰਜ ਗ੍ਰਹਿਣ ਦਾ ਮੇਲਾ ਭਾਵੇਂ ਜਗਨਨਾਥਪੁਰੀ ਰੱਥ ਯਾਤਰਾ ਭਾਵੇਂ ਮੱਕੇ ਦੀ ਜ਼ਿਆਰਤ ਹੋਵੇ
ਭਾਵੇਂ ਅਚਲ ਬਟਾਲੇ ਸ਼ਿਵਰਾਤਰੀ ਦਾ ਮੇਲਾ, ਭਾਵੇਂ ਆਪਣੇ ਘਰ ਦੇ ਵਿੱਚ ਹੀ ਜਨੇਊ ਪਾਉਣ ਵਾਸਤੇ ਲੋਕ ਇਕੱਠੇ ਹੋਏ। ਸਤਿਗੁਰੂ ਨੇ ਆਖਰੀ ਮੌਕੇ ਤੱਕ ਵੀ ਮਨਾ ਨਹੀਂ ਸੀ ਕੀਤਾ, ਲੋਕ ਇਕੱਠੇ ਹੋਏ। ਦੂਜਾ ਕੰਮ ਇਹ ਕੀਤਾ, ਕੌਤਕ ਵਰਤਾਇਆ ਲੋਕਾਂ ਦਾ ਧਿਆਨ ਖਿੱਚਣ ਵਾਸਤੇ, ਕਿਉਂਕਿ ਇਕੱਠਾਂ ਵਿੱਚ ਅਸੀਂ ਵੀ ਜਾ ਸਕਦੇ ਹਾਂ ਪਰ ਅਸੀਂ ਆਪਣੀ ਗੱਲ ਨਹੀਂ ਕਹਿ ਸਕਦੇ। ਗੁਰੂ ਨਾਨਕ ਪਾਤਸ਼ਾਹ ਨੇ ਹਰਿਦੁਆਰ ਉਲਟੇ ਪਾਸੇ ਪਾਣੀ ਦਿੱਤਾ, ਲੋਕ ਇਕੱਠੇ ਹੋਏ। ਜਗਨਨਾਥਪੁਰੀ ਚੌਕੜਾ ਮਾਰ ਕੇ ਬੈਠੇ ਰਹੇ, ਮੁਸਕਰਾਉਂਦੇ ਰਹੇ, ਲੋਕ ਖੜੇ ਹੋ ਕੇ ਆਰਤੀ ਉਤਾਰਦੇ ਰਹੇ, ਧਿਆਨ ਖਿੱਚਿਆ ਗਿਆ। ਕਾਬੇ ਚ ਜਾ ਕੇ ਮਹਿਰਾਬ ਵਾਲੇ ਪਾਸੇ ਪੈਰ ਪਸਾਰ ਕੇ ਬਹਿ ਗਏ, ਸੁਭਾਵਕ ਮੁਸਲਮਾਨ ਲੋਕ ਇਕੱਠੇ ਹੋਏ। ਸਾਰਾ ਕੁਝ ਕੀਤਾ, ਸੂਰਜ ਗ੍ਰਹਿਣ ਮੌਕੇ ਕੁਰਕਸ਼ੇਤਰ ਲੱਖਾਂ ਦਾ ਇਕੱਠ, ਅੱਗ ਬਾਲਣੀ ਮਨੈ, ਰੋਟੀ ਪਕਾਣੀ ਮਨੈ, ਗੁਰੂ ਨਾਨਕ ਸਾਹਿਬ ਨੇ ਖੂਬ ਅੱਗ ਬਾਲੀ, ਖੂਬ ਧੂੰਆਂ ਕੀਤਾ, ਲੰਗਰ ਵੀ ਪਕਾਇਆ, ਸੁਭਾਵਕ ਲੋਕ ਇਕੱਠੇ ਹੋਏ। ਇੱਥੇ ਵੀ ਦੇ ਕੀਤਾ, ਜਦੋਂ ਲੰਗਰ ਲਾਇਆ ਚੂੜਕਾਣੇ ਦੀ ਜੂਹ ਚੋਂ ਸਾਧ ਨਿਕਲ ਕੇ ਬਾਹਰ ਆਏ, ਪੁੱਛਿਆ ਕਿੰਨੇ ਲਾਇਆ ਲੰਗਰ, ਕਹਿਣ ਲੱਗੇ ਮੈਂ ਤਾਂ ਕਲਿਆਣ ਦਾਸ ਦੇ ਪੁੱਤਰ ਨੇ। ਨੇੜੇ ਆਏ, ਦੇਖਿਆ ਬੜੀ ਛੋਟੀ ਉਮਰ, ਕਹਿਣ ਲੱਗੇ ਬੱਚੇ ਤੈਨੂੰ ਕਿੰਨੇ ਸਿੱਖਿਆ ਦਿੱਤੀ ਵੀ ਇੱਦਾਂ ਲੰਗਰ ਲਾਇਆ, ਇੰਨੀ ਮਾਇਆ ਤੇਰੇ ਕੋਲ ਕਿੱਥੋਂ ਆਈ, ਤੇਰੇ ਘਰਦਿਆਂ ਨੂੰ ਪਤਾ ਹੈ, ਤੇਰੇ ਪਿਓ ਨੂੰ ਪਤਾ ਹੈ, ਗੱਲ ਕੀ ਗੱਲ ਰਿੜ ਪਈ। ਜਦੋਂ ਗੱਲ ਰਿੜੀ, ਗੁਰੂ ਨਾਨਕ ਸਾਹਿਬ ਨੇ ਉਹ ਸਵਾਲ ਕੀਤੇ ਜਿਹੜੇ ਅੱਜ ਤੱਕ ਕਦੀ ਕਿਸੇ ਕਰਨ ਦੀ ਜ਼ਰੂਰਤ ਨਹੀਂ ਸੀ ਕੀਤੀ। ਪਹਿਲਾ ਸਵਾਲ ਉਹਨਾਂ ਸਾਧਾ ਜੋਗੀਆਂ ਨੂੰ ਇਹ ਕੀਤਾ, ਕਹਿਣ ਲੱਗੇ ਤੁਸੀਂ ਗਲਤ ਕੰਮ ਕੀਤੇ ਨੇ, ਤੁਸੀਂ ਜ਼ਿੰਦਗੀ ਚ ਪਾਪ ਕੀਤੇ ਨੇ। ਜੋਗੀ ਕਹਿਣ ਲੱਗੇ ਜੀ ਬਿਲਕੁਲ ਨਹੀਂ, ਅਸੀਂ ਕੋਈ ਗਲਤ ਕੰਮ ਨਹੀਂ ਕੀਤਾ। ਸਤਿਗੁਰੂ ਕਹਿਣ ਲੱਗੇ ਫਿਰ ਤੁਹਾਨੂੰ ਤੁਹਾਡੇ ਘਰਦਿਆਂ ਨੇ ਘਰੋਂ ਬਾਹਰ ਕਿਉਂ ਕੱਢਿਆ ਹੋਇਆ। ਹੈਰਾਨ ਹੋ ਗਏ, ਕਹਿਣ ਲੱਗੇ ਵੀ ਅਸੀਂ ਤਾਂ ਆਪਣੀ ਮਰਜ਼ੀ ਨਾਲ ਆਏ ਹਾਂ, ਸਾਨੂੰ ਕਿਸੇ ਨੇ ਨਹੀਂ ਕੱਢਿਆ, ਅਸੀਂ ਆਪਣੀ ਮਰਜ਼ੀ ਨਾਲ ਘਰ ਛੱਡ ਕੇ ਆਏ ਹਾਂ। ਸਤਿਗੁਰੂ ਕਹਿਣ ਲੱਗੇ ਫਿਰ ਅਸੀਂ ਸਮਝ ਗਏ, ਫਿਰ ਜ਼ਰੂਰ ਤੁਹਾਡੇ ਮਾਪਿਓ ਨੇ ਪਾਪ ਕੀਤੇ ਹੋਣਗੇ, ਤੁਹਾਡੇ ਮਾਪਿਓ ਨੇ ਗਲਤ ਕੰਮ ਕੀਤੇ ਹੋਣਗੇ। ਪੁੱਛਿਆ ਵੀ ਉਹ ਕਿਉਂ? ਸਤਿਗੁਰੂ ਕਹਿਣ ਲੱਗੇ ਤੁਹਾਡੇ ਮਾਪਿਓ ਨੇ ਗਲਤ ਕੰਮ ਕੀਤੇ ਹੋਣਗੇ, ਕਿਉਂਕਿ ਜਿਹਨਾਂ ਮਾਪਿਓ ਨੇ ਤੁਹਾਨੂੰ ਜਨਮ ਦਿੱਤਾ, ਪਾਲਿਆ ਪੋਸਿਆ, ਵੱਡਾ ਕੀਤਾ, ਅੱਜ ਉਹਨਾਂ ਨੂੰ ਤੁਹਾਡੀ ਲੋੜ ਸੀ, ਤੁਸੀਂ ਬੁਢਾਪੇ ਚ ਉਹਨਾਂ ਨੂੰ ਘਰ ਠੋਕਰਾਂ ਖਾਣ ਤੇ ਛੱਡ ਕੇ ਆ ਗਏ ਹੋ, ਤੁਸੀਂ ਸਜ਼ਾ ਦੇ ਰਹੇ ਹੋ ਮਾਪਿਓ ਨੂੰ, ਲੱਗਦਾ ਉਹਨਾਂ ਨੇ ਗਲਤ ਕੰਮ ਕੀਤੇ ਹੋਣਗੇ, ਉਹਨਾਂ ਨੂੰ ਸਜ਼ਾ ਦੇਣ ਵਾਸਤੇ ਘਰ ਛੱਡ ਕੇ ਆ ਗਏ। ਕਹਿਣ ਲੱਗੇ ਨਹੀਂ ਜੀ, ਸਾਡੇ ਮਾਪੇ ਤਾਂ ਬੜੇ ਚੰਗੇ ਸਨ, ਬੜੇ ਸੋਹਣੇ ਜੀਵਨ ਵਾਲੇ ਸਨ, ਉਹ ਤੇ ਰੋਕਦੇ ਰਹੇ, ਅਸੀਂ ਆਪ ਹੀ ਆਏ। ਸਤਿਗੁਰੂ ਕਹਿਣ ਲੱਗੇ ਤੁਹਾਡੀ ਪਤਨੀ, ਤੁਹਾਡੇ ਬੱਚੇ ਤੇ ਛਾਤੀ ਤੇ ਹੱਥ ਮਾਰ ਕੇ ਬੜੇ ਮਾਣ ਨਾਲ ਕਹਿਣ ਲੱਗੇ ਤਿਆਗ ਆਏ ਆ, ਛੱਡ ਆਏ ਆ। ਅਸੀਂ ਇਸਤਰੀ ਰੋਂਦੀ ਰਹੀ, ਪ੍ਰਵਾਹ ਨਹੀਂ ਮੰਨੀ ਅਸੀਂ, ਬੱਚੇ ਵਿਲਖਦੇ ਰਹੇ, ਪ੍ਰਵਾਹ ਨਹੀਂ ਮੰਨੀ, ਤਿਆਗ ਆਏ। ਸਤਿਗੁਰੂ ਕਹਿਣ ਲੱਗੇ ਬੜੀ ਵੱਡੀ ਪ੍ਰਾਪਤੀ ਜ਼ਿੰਦਗੀ ਦੀ, ਕਿਉਂ ਤਿਆਗ ਆਏ? ਕਹਿਣ ਲੱਗੇ ਇਸ ਕਰਕੇ ਤਿਆਗ ਆਏ ਆ, ਗ੍ਰਸਤ ਜੰਜਾਲਾਂ ਦਾ ਘਰ, ਦੁੱਖਾਂ ਦਾ ਖੂਹ, ਨੀਚ ਕੀੜੇ ਮਕੌੜਿਆਂ ਦੀ ਜਗ੍ਹਾ, ਗ੍ਰਸਤੀ ਲੋਕ, ਸਾਡੇ ਮਨ ਵਿੱਚ ਵੀ ਨੀਣ ਭਾਵਨਾ ਵੀ ਅਸੀਂ ਗ੍ਰਸਤੀ ਆ। ਕੋਈ ਜਤੀ ਬ੍ਰਹਮਚਾਰੀ ਸਾਧ ਇੱਥੇ ਆ ਜਾਵੇ ਨਾ, ਮਾਇਆ ਦੇ ਢੇਰੋ ਦੇ ਕਦਮਾਂ ਚਲਾ ਦੇਈਦੇ ਨੇ ਵੀ ਜਤੀ ਬ੍ਰਹਮਚਾਰੀ ਹੈ, ਇਹ ਤੇ ਸਾਰਾ ਕੁਛ ਛੱਡ ਛਡਾ ਕੇ ਸੇਵਾ ਕਰ ਰਿਹਾ ਦੁਨੀਆਂ ਦੀ। ਜਤੀ ਬ੍ਰਹਮਚਾਰੀ ਹੋਣਾ ਇਸਤਰੀ ਜਾਤੀ ਨਾਲ ਨਫ਼ਰਤ ਦਾ ਪ੍ਰਗਟਾਵਾ ਹੈ, ਉਹ ਇਸ ਕਰਕੇ ਵਿਆਹ ਨਹੀਂ ਕਰਾਉਂਦਾ, ਉਹਨੂੰ ਇਸਤਰੀ ਜਾਤੀ ਨਾਲ ਨਫ਼ਰਤ ਹੈ ਕਿ ਘਰ ਇਸਤਰੀ ਆਏਗੀ ਮੇਰਾ ਕਰਮ ਧਰਮ ਭ੍ਰਿਸ਼ਟ ਕਰ ਦੇਗੀ, ਮੇਰੇ ਕੋਲ ਧਰਮ ਨਹੀਂ ਰਹਿ ਜਾਏਗਾ। ਤੇ ਸਭ ਤੋਂ ਵੱਧ ਚੇਲੀਆਂ ਉਹਦੀਆਂ ਇਸਤਰੀ ਹੁੰਦੀਆਂ ਨੇ, ਬੀਬੀਆਂ ਸਭ ਤੋਂ ਵੱਧ ਚੇਲੀਆਂ ਹੁੰਦੀਆਂ ਨੇ। ਵਿਹੰਗਮ ਜਤੀ ਸਤੀ ਹੋਣਾ ਇਸਤਰੀ ਜਾਤੀ ਨਾਲ ਨਫ਼ਰਤ ਦਾ ਪ੍ਰਗਟਾਵਾ ਹੈ। ਗੁਰੂ ਨੇ ਇੱਕ ਬਾਣੀ ਚ ਗੱਲ ਕਹੀ ਸੀ, ਇਹਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ। ਸਾਰੇ ਜੀਵ ਰੱਬ ਦਾ ਰੂਪ ਨੇ, ਨਫ਼ਰਤ ਕਾਹਦੀ ਹੈ? ਕਹਿਣ ਲੱਗੇ ਜੀ ਗ੍ਰਸਤੀਆਂ ਜੰਜਾਲਾਂ ਦਾ ਘਰ, ਕੀੜੇ ਮਕੌੜਿਆਂ ਦਾ ਘਰ, ਤਿਆਗ ਆਏ ਹਾਂ। ਸਤਿਗੁਰ ਕਹਿਣ ਲੱਗੇ ਅੱਛਾ, ਤੁਸੀਂ ਘਰ ਬਾਰ ਤੇ ਛੱਡ ਆਏ ਹੋ ਪਰ ਖਾਣ ਵਾਸਤੇ ਰੋਟੀ ਵੀ ਚਾਹੀਦੀ, ਉਹਦਾ ਕੀ ਕਰਦੇ ਹੋ? ਕਹਿਣ ਲੱਗੇ ਜੀ ਗ੍ਰਸਤੀਆਂ ਘਰੋਂ ਮੰਗ ਲਿਆਈ। ਸਤਿਗੁਰੂ ਕਹਿਣ ਲੱਗੇ ਇਕੱਲਾ ਰੋਟੀ ਨਾਲ ਨਹੀਂ, ਸਰਦਾ ਕੱਪੜੇ ਵੀ ਚਾਹੀਦੇ ਨੇ। ਕਹਿੰਦੇ ਉਹ ਵੀ ਗ੍ਰਸਤੀਆਂ ਘਰੋਂ ਮੰਗ ਲਿਆਈਦੇ ਨੇ। ਸਤਿਗੁਰੂ ਕਹਿਣ ਲੱਗੇ ਇਕੱਲੇ ਕੱਪੜਿਆਂ ਨਾਲ ਨਹੀਂ ਸਰਦਾ, ਜ਼ਿੰਦਗੀ ਦੀਆਂ ਬੜੀਆਂ ਲੋੜਾਂ ਨੇ। ਉਹ ਜੋਗੀ ਕਹਿਣ ਲੱਗੇ ਵੀ ਜਿਹੜੀ ਵੀ ਲੋੜ ਹੋਵੇ ਨਾ, ਜੋ ਕੁਝ ਵੀ ਚਾਹੀਦਾ ਹੋਵੇ, ਗ੍ਰਸਤੀਆਂ ਘਰੋਂ ਮੰਗ ਲਿਆਈਦਾ। ਸਤਿਗੁਰੂ ਕਹਿਣ ਲੱਗੇ ਅੱਛਾ, ਜਿਹੜਾ ਤੁਸੀਂ ਕਰਮ ਧਰਮ ਕਰ ਰਹੇ ਹੋ, ਜਪ ਤਪ ਕਰ ਰਹੇ ਹੋ, ਇਹਦੇ ਵਿੱਚੋਂ ਕਿੰਨਾ ਹਿੱਸਾ ਗ੍ਰਸਤੀਆਂ ਨੂੰ ਦਿਓਗੇ? ਕਹਿਣ ਲੱਗੇ ਹੈ ਸਾਡੀ ਕਮਾਈ, ਸਾਡਾ ਜਪ ਤਪ, ਅਸੀਂ ਕਿਸੇ ਨੂੰ ਹਿੱਸਾ ਕਿਉਂ ਦਈਏ? ਸਾਡਾ ਜਪ ਤਪ, ਸਾਡੀ ਕਮਾਈ, ਅਸੀਂ ਕਿਸੇ ਨੂੰ ਹਿੱਸਾ ਨਹੀਂ ਦੇਣਾ, ਅਸੀਂ ਆਪਣਾ ਇਹ ਹੱਕ ਕਿਸੇ ਨੂੰ ਕਿਉਂ ਦਈਏ? ਸਤਿਗੁਰੂ ਕਹਿਣ ਲੱਗੇ ਫਿਰ ਇਹ ਤੋਂ ਵੱਡਾ ਜ਼ੁਲਮ ਕੀ ਹੋ ਸਕਦਾ? ਤੁਸੀਂ ਤੇ ਜ਼ਾਲਮ ਨੂੰ ਬਹੁਤ ਵੱਡੇ, ਤੁਸੀਂ ਤੇ ਹਿੰਸਾ ਕਰ ਰਹੇ, ਏਡਾ ਵੱਡਾ ਜ਼ੁਲਮ। ਜਿਨ੍ਹਾਂ ਗ੍ਰਸਤੀਆਂ ਨੂੰ ਨਿੰਦਦੇ ਉਹ ਨੀਚ ਲੋਕ ਨੇ, ਗ੍ਰਸਤ ਤਿਆਗ ਕੇ ਆ ਗਏ ਤੁਸੀਂ, ਉਹਨਾਂ ਗ੍ਰਸਤੀਆਂ ਨੇ ਘਰੋਂ ਰੋਟੀਆਂ ਲੰਘ ਕੇ ਖਾਧੀਆਂ, ਸਾਰੀਆਂ ਲੋੜਾਂ ਪੂਰੀਆਂ ਕੀਤੀਆਂ, ਤੇ ਉਹਨਾਂ ਗ੍ਰਸਤੀਆਂ ਨੂੰ ਹਿੱਸਾ ਵੀ ਦੇਣ ਨੂੰ ਤਿਆਰ ਨਹੀਂ ਹੋ, ਇਹ ਤੇ ਦਿਨ ਦਿਹਾੜੇ ਜ਼ੁਲਮ ਹੋ ਗਿਆ ਉਹਨਾਂ ਦਾ। ਤੁਸੀਂ ਪਾਪੀ, ਤੁਸੀਂ ਜ਼ੁਲਮ ਕਰ ਰਹੇ ਹੋ।
ਇਹ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਭੰਗਰਨਾਥ ਨੂੰ ਵੀ ਕਹੀ ਸੀ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ, ਬਾਬਾ ਆਖੇ ਭੰਗਰਨਾਥ ਤੇਰੀ ਮਾਂ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤੇ ਹੋ, ਭਾਏ ਕੁਚੱਜੇ ਫੁੱਲ ਸੜਾਈ, ਹੋਏ ਅਤੀਤ ਗ੍ਰਸਤ ਤਜ, ਫਿਰ ਉਹਨੂੰ ਕਹਿ ਘਰ ਮੰਗਣ ਜਾਈ। ਜਿਹਨਾਂ ਨੂੰ ਨੀਚ ਕਿਹਾ ਫਿਰ ਉਹਨਾਂ ਘਰੋਂ ਮੰਗਣ ਗਏ। ਜਦੋਂ ਸਤਿਗੁਰੂ ਨੇ ਕਿਹਾ ਨਾ ਤੁਸੀਂ ਤੇ ਜ਼ਾਲਮ ਹੋ, ਪਾਪੀ ਹੋ, ਕੰਬ ਗਈ, ਕਹਿਣ ਲੱਗੇ ਅਸੀਂ ਗਲਤ ਕਰਦੇ ਰਹੇ ਹਾਂ, ਸਤਿਗੁਰੂ ਕਹਿਣ ਲੱਗੇ ਬਿਲਕੁਲ ਗਲਤ ਕਰਦੇ ਰਹੇ ਹੋ, ਪੁੱਛਿਆ ਫਿਰ ਕੀ ਕਰਨਾ ਚਾਹੀਦਾ? ਸਤਿਗੁਰੂ ਕਹਿਣ ਲੱਗੇ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਸਮਝੋ, ਘਰਾਂ ਚ ਜਾਓ, ਬਜ਼ੁਰਗ ਮਾਪਿਓ ਚੋਂ ਰੱਬ ਦੇਖੋ, ਉਹਨਾਂ ਦੀ ਸੇਵਾ ਕਰੋ, ਇਹ ਹੈ ਰੱਬ ਦੀ ਸੇਵਾ। ਆਪਣੀ ਪਤਨੀ ਆਪਣੇ ਬੱਚਿਆਂ ਦੀ ਸੰਭਾਲ ਕਰੋ, ਤੁਹਾਨੂੰ ਕਿਸੇ ਨੇ ਪਾਲ ਪੋਸ ਕੇ ਵੱਡਾ ਕੀਤਾ, ਰੱਬ ਨੇ ਤੁਹਾਡੀ ਵੀ ਡਿਊਟੀ ਲਾਈ ਹੈ, ਤੁਸੀਂ ਵੀ ਕਿਸੇ ਨੂੰ ਪਾਲ ਪੋਸ ਕੇ ਵੱਡਾ ਕਰੋ, ਆਪਣੀ ਜ਼ਿੰਮੇਵਾਰੀਆਂ ਸੰਭਾਲੋ। ਤੁਸੀਂ ਰੋਟੀਆਂ ਖਾਤਰ ਕਿਸੇ ਦੇ ਭਾਰ ਬੋਝ ਬਣੇ ਬੈਠੇ ਹੋ, ਦਸਾਂ ਨੌਵਾਂ ਦੀ ਕਿਰਤ ਕਰੋ, ਆਪ ਵੀ ਛਕੋ, ਗਰੀਬ ਲੋੜਵੰਦ ਨੂੰ ਵੀ ਵੰਡ ਕੇ ਛਕਾਓ। ਗ੍ਰਸਤੀ ਹੋਵੋ, ਕਿਰਤੀ ਹੋਵੋ, ਵੰਡ ਕੇ ਛਕੋ, ਤੇ ਸੰਸਾਰ ਵਿੱਚ ਰਹਿੰਦੇ ਰੱਬ ਦੇ ਨਾਮ ਨਾਲ ਜੁੜੋ, ਉਹਦੇ ਸ਼ੁਕਰਾਨੇ ਵਿੱਚ ਜੁੜੋ, ਆ ਇਹ ਧਰਮ। ਸਤਿਗੁਰੂ ਪਾਤਸ਼ਾਹ ਨੇ ਉਹਨਾਂ ਸੰਤਰੇ ਨੇ ਸਾਧਾਂ ਨੂੰ ਘਰੋਂ ਘਰੀ ਤੋਰਿਆ, ਤੇ ਜਿਹੜੇ ਅੱਜ ਸਿੱਖੀ ਚ ਸੰਤਰੇ ਨੂੰ ਪਰਿਵਾਰ ਨੇ ਨਾ, ਉਹਨਾਂ ਸਾਧਾਂ ਦੇ ਵਿੱਚੋਂ ਹੀ ਨੇ, ਇਹੋ ਜਿਹੇ ਗ੍ਰਸਤ ਵਿੱਚ ਆਏ, ਅੱਜ ਤੱਕ ਗ੍ਰਸਤੀ ਨੇ ਗੁਰੂ ਕੇ ਸਿੱਖ, ਗੁਰੂ ਨਾਨਕ ਪਾਤਸ਼ਾਹ ਦੀ ਦੇਣ ਹੈ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਇਹ ਹੈ ਸਿੱਖ ਧਰਮ ਦਾ ਰਸਤਾ। ਕਿਸੇ ਪਿੱਛੇ 100 ਬੰਦੇ ਚੱਲ ਪੈਣ ਨਾ ਚੇਲੇ ਬਣ ਜਾਣ, ਉਸ ਬੰਦੇ ਨੂੰ ਕੰਮ ਕਾਰ ਕਰਨ ਦੀ ਲੋੜ ਨਹੀਂ ਪੈਂਦੀ, ਕੰਮ ਕਾਰ ਛੱਡ ਜਾਂਦਾ ਹੈ। 100 ਚੇਲੇ ਨੇ, ਹੁਣ ਨਹੀਂ ਮੈਂ ਭੁੱਖਾ ਮਰਦਾ। ਗੁਰੂ ਨਾਨਕ ਪਾਤਸ਼ਾਹ ਸੱਚ ਦਾ ਪ੍ਰਚਾਰ ਕਰਕੇ ਵਾਪਸ ਆਏ ਕਰਤਾਰਪੁਰ। ਇਤਿਹਾਸਕਾਰ ਲਿਖਦੇ ਨੇ 3 ਕਰੋੜ ਸਿੱਖ ਸਨ। ਸਰੀਰ ਵਿਰਤ ਹੈ, ਸਭ ਤੋਂ ਔਖਾ ਕੰਮ ਸੀ ਹੱਲ ਵਾਹਣਾ, ਖੇਤੀ ਕਰਨੀ, ਸਭ ਤੋਂ ਔਖਾ ਕੰਮ ਫੜ ਲਿਆ। ਕਦੀ ਸਰਦੀਆਂ ਦੀ ਰਾਤ ਮੂੰਹ ਹਨੇਰੇ ਸੱਪ ਦੀਆਂ ਸਿਰੀਆਂ ਮਿਧਦੇ ਜਾਂਦੇ ਨੇ, ਤੇ ਕਦੀ ਅੰਤਾਂ ਦੀ ਗਰਮੀ ਸਿਖਰ ਦੁਪਹਿਰ ਸਰਦੀ ਬਲਦੀ ਧੁੱਪ ਦੇ ਵਿੱਚ ਖੇਤ ਵਾਹ ਰਹੇ ਨੇ, ਗੋਡੀ ਕਰ ਰਹੇ ਨੇ, ਫਸਲਾਂ ਦੇਖ ਰਹੇ। ਬਿਰਧ ਸਰੀਰ, ਸਭ ਤੋਂ ਔਖਾ ਕੰਮ ਖੇਤੀ ਸ਼ੁਰੂ ਕਰ ਦਿੱਤੀ। ਕਿਸੇ ਨੇ ਕਿਹਾ ਸੀ, ਉਹ ਬਾਬਾ ਤੇਰੇ ਤੇ 3 ਕਰੋੜ ਸਿੱਖ ਨੇ, ਤੈਨੂੰ ਕਾਹਦੀ ਲੋੜ ਹੈ, ਹੁਣ ਏਡੀਆਂ ਭੇਟਾਵਾਂ ਚੜ੍ਹਦੀਆਂ ਨੇ। ਤੇ ਗੁਰੂ ਨੇ ਇੱਕ ਆਵਾਜ਼ ਦੇ ਕੇ ਕਿਹਾ ਸੀ, ਜੇ ਮੈਂ ਕਿਰਤ ਦੇ ਪੂਰਨੇ ਨਹੀਂ ਪਾਵਾਂਗਾ, ਮੇਰੇ ਸਿੱਖ ਕਿਰਤ ਕਰਨ ਛੱਡ ਜਾਣਗੇ। ਇਹ ਚੜਾਵਾ, ਇਹ ਧਨ ਦੌਲਤ ਜਿਹੜੀ ਚੜ੍ਹਦੀ ਹੈ, ਇਹ ਗਰੀਬ ਲੋੜਵੰਦ ਵਾਸਤੇ ਹੈ, ਸਮਾਜਿਕ ਕਾਰਜਾਂ ਵਾਸਤੇ ਹੈ। ਇਹਦੇ ਨਾਲ ਖੂਹ ਲਵਾਏ ਜਾਣਗੇ, ਇਹਦੇ ਨਾਲ ਸ਼ਹਿਰ ਵਸਾਏ ਜਾਣਗੇ, ਇਹਦੇ ਨਾਲ ਨਗਰ ਵਸਾਏ ਜਾਣਗੇ, ਪੜ੍ਹਾਈ ਦਾ ਪ੍ਰਬੰਧ ਹੋਏਗਾ, ਦਵਾਈ ਦਾ ਪ੍ਰਬੰਧ ਹੋਏਗਾ, ਰੱਬੀ ਯਾਦ ਵਿੱਚ ਰੱਬ ਦੀ ਵਿਚਾਰ ਕਰਨ ਵਾਲਿਆਂ ਵਾਸਤੇ ਧਰਮਸਾਲ ਦਾ ਗਠਨ ਹੋਏਗਾ। ਇਹ ਸਮਾਜਿਕ ਲੋੜਾਂ ਵਾਸਤੇ ਨੇ, ਸਮਾਜਿਕ ਕਾਰਜਾਂ ਵਾਸਤੇ ਧਨ ਦੌਲਤ ਹੈ, ਮੇਰੇ ਬੱਚਿਆਂ ਵਾਸਤੇ ਨਹੀਂ ਹੈ। ਇਹ ਮਾਇਆ ਜਿਹੜੀ ਧਨ ਦੌਲਤ ਹੈ, ਇਹ ਗਰੀਬ ਲੋੜਵੰਦ ਸੰਸਾਰ ਦੇ ਸਮਾਜ ਦੇ ਭਲੇ ਦੇ ਵਾਸਤੇ ਹੈ। ਜੇ ਮੈਂ ਕਿਰਤ ਦੇ ਪੂਰਨੇ ਨਹੀਂ ਪਾਵਾਂਗਾ, ਮੇਰੇ ਸਿੱਖ ਕਿਰਤ ਕਰਨੀ ਛੱਡ ਜਾਣਗੇ। ਮੈਂ ਕਿਰਤ ਦੇ ਪੂਰਨੇ ਪਾਏ, ਗੁਰੂ ਨਾਨਕ ਪਾਤਸ਼ਾਹ ਨੇ ਕਿਰਤ ਦੇ ਪੂਰਨੇ ਪਾਏ, ਆਖਰੀ ਟਾਈਮ ਤੱਕ ਖੇਤੀ ਕੀਤੀ। ਗੁਰੂ ਨੇ ਇੱਕ ਜ਼ਿੰਦਗੀ ਦੀ ਜਾਂਚ ਸਿਖਾਈ, ਕਹਿਣ ਲੱਗੇ ਜਤ ਦੇਖੋ ਤਤ ਦੁੱਖ ਕੀ ਰਾਸੀ, ਅਜੋ ਨਾ ਪਤਿਆਏ ਨਿਗਮ ਪਏ ਸਾਖੀ, ਕੀ ਕਰਾਂ ਆ ਕਾਮ ਕ੍ਰੋਧ ਲੋਭ ਮੋਹ ਕਾਰ ਖਹਿੜਾ ਨਹੀਂ ਛੱਡਦੇ, ਗ੍ਰਹਿ ਤਜ ਬਨ ਖੰਡ ਜਾਈਐ ਚੁਣ ਖਾਈਐ ਕੰਦਾ, ਅਜੂ ਵਿਕਾਰ ਨਾ ਛੁੱਟਦੀ ਪਾਪੀ ਬੰਨ। ਘਰ ਛੱਡ ਕੇ ਜੰਗਲ ਪਹਾੜ ਵੀ ਗਿਆ, ਇਹਨਾਂ ਵਿਕਾਰਾਂ ਖੇੜਾ ਨਹੀਂ ਛੱਡਿਆ, ਪੂਰ ਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ, ਗ੍ਰਹਿ ਤੇ ਨਸਤਾ ਦੇਸ਼ ਛੋੜ ਪਰਦੇਸਾਂ ਧਾਇਆ, ਪੰਜ ਚੁਣਾਲ ਨਾਲੇ ਲਿਆਇਆ ਵਿਕਾਰ ਫਿਰ ਨਾ ਲਾ। ਇਹਨਾਂ ਪੰਜਾਂ ਨੇ ਮੈਨੂੰ ਦੁੱਖ ਦੀ ਰਾਸ਼ੀ ਦੇ ਦਿੱਤੀ, ਜਦ ਦੇਖੋ ਤਦ ਦੁੱਖ ਕੀ ਰਾਸੀ, ਜਿੱਧਰ ਦੇਖਦਾ ਵਾ ਦੁੱਖਾਂ ਦੀ ਰਾਸ ਪੂੰਜੀ ਬਣੀ ਪਈ ਹੈ, ਜੀਵਨ ਏਡਾ ਖੁਆਰ ਹੋ ਚੁੱਕਿਆ ਹੈ, ਅਜੋ ਨਾ ਪਤਿਆਏ ਅਜੇ ਵੀ ਮਨ ਸਮਝਦਾ ਨਹੀਂ ਹੈ, ਨਿਗਮ ਪਏ ਸਾਖੀ, ਵੇਦ ਆਦਿਕ ਧਰਮ ਪੁਸਤਕਾਂ ਜਿਹੜੀਆਂ ਨੇ ਇਸ ਗੱਲ ਦੀ ਗਵਾਹੀ ਦੇ ਰਹੀਆਂ ਨੇ ਕਿ ਇਸ ਦੌੜ ਦੇ ਵਿੱਚ, ਵਿਕਾਰਾਂ ਦੀ ਦੌੜ ਦੇ ਵਿੱਚ ਦੁੱਖ ਹੀ ਦੁੱਖ ਹੈ, ਮਨ ਫਿਰ ਵੀ ਨਹੀਂ ਸਮਝਦਾ। ਇਨ ਦੂਤਨ ਖਲ ਵੱਧ ਕਰ ਮਾਰਿਓ, ਬੜੋ ਨਿਲਾਜ ਅਜੂ ਨਹੀਂ ਹਾਰਿਓ, ਇਹਨਾਂ ਕਾਮ ਕ੍ਰੋਧ ਲੋਭ ਮੋਹ ਘਾਰ ਬੂਟਾਂ ਨੇ ਬਹੁਤ ਮਾਰਿਆ, ਬੁਰੀ ਤਰ੍ਹਾਂ ਪਟਾਈ ਕੀਤੀ, ਪਰ ਮਨ ਏਡਾ ਬਿਸ਼ਰਮ ਏਡਾ ਢੀਠ, ਬੜੋ ਨਿਲਾਜ ਏਡਾ ਨਿਲਾਜ ਇੰਨਾ ਬਿਸ਼ਰਮ ਹੈ, ਅਜੂ ਨਹੀਂ ਹਾਰਿਓ, ਅਜੇ ਵੀ ਕਹਿਣਾ ਨਹੀਂ ਮਿਲਦਾ, ਅਜੇ ਵੀ ਨੇ ਹਾਰ ਨਹੀਂ ਮੰਨੀ, ਕਹਿ ਰਵਿਦਾਸ ਕਹਾ ਕੈਸੇ ਕੀਜੇ, ਬਿਨ ਰਘੁਨਾਥ ਸ਼ਰਨ ਕਾਕੀ ਦੀਜੇ। ਭਗਤ ਰਵਿਦਾਸ ਜੀ ਆਖਦੇ ਨੇ, ਕਹਿੰਦੇ ਹੇ ਮੇਰੇ ਪ੍ਰਭੂ ਕੀ ਕਰਾਂ, ਵੱਡੇ ਵੱਡੇ ਲੋਕ ਵੀ ਜਿਹੜੇ ਨੇ ਇਹਦੇ ਅਧੀਨ ਰਹੇ, ਗੌਤਮ ਨਾਰ
उमापत स्वामी, गौतम नार गौतम की अहल्या स्त्री, उमापत उमा का पति, पार्वती का पति शिव जिहड़ा मालक मनिया गया, सीस धरन जिन्हें पंजवां सिर सिर ते ला लिया सी ब्रह्मा, सहस पगामी हजार पगां दा सरापिया इंद्र, कहिंदे कि इह वी उहदे अधीन रहे, इन दूतन खल वध कर मारियो, बड़ो निराज अजो नहीं हारियो, इन्हां विकारां ने मन बुरी तरह मार मारी पर अजे भी निर्लज जिहड़ा मन है इह हारिया नहीं, हार नहीं विकारां वल्लों मन्नी, कह रविदास कहां कैसे कीजै बिन रघुनाथ शंका की लीजै। भगत रविदास जी आखदे ने हे प्रभु होर किथे जावां, होर की करां, परमात्मा दे नाम तो बिना, प्रभु दे नाम तो बिना होर कोई आसरा नहीं है जिहदे दर ते मैं जावां, इक रब दा ही आसरा है जिहड़ा मैनूं इन्हां विकारां तों बचा सकदा है। बेनत होईआं फुल्लां खिमां कल तो टोडी राग दे भगत नामदेव दे शब्दां दी विचार आरंभ हो जाएगी। तीन शब्द ने टोडी राग विच भगत नामदेव जी दे, उपरंत अगले राग की आरंभता हो जाएगी। अज दी रात दी आखरी क्लास है जीव जाच कोर्स दी। अज दी क्लास दे विच असीं इह विचार करांगे नाम सिमरन की है, नाम सिमरन किवें कीता जा सकदा है, इहदा जिंदगी नूं लाभ की है, इहदा संसार नूं की लाभ है, नाम सिमरन नाल संबंधित विचारां साझियां करांगे जी। बेअंत भुल्लां खिमां मिल के फतेह बुलाओ जी। वाहिगुरु जी का खालसा, वाहिगुरु जी की फतेह।